ਹਾਂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅਪ੍ਰੈਲ ਮੰਥ ਵਿੱਚ ਬੱਚੋ ਆਪਾਂ ਸਪੋਰਟਸ ਦਾ ਸੈਕਸ਼ਨ ਆਪਾਂ ਸਟਾਰਟ ਕੀਤਾ ਹੋਇਆ, ਜਿਹੜੇ ਕਿ ਤਿੰਨ ਪਾਰਟਸ ਆਪਾਂ ਨੂੰ ਸਾਰਾ ਕੰਪਲੀਟ ਕਰਾਂਗੇ। ਅੱਜ ਬੱਚੋ ਪਾਰਟ ਨੰਬਰ ਸੈਕਿੰਡ ਹੈ, ਵੈਸੇ ਅੱਜ ਪਾਰਟ ਨੰਬਰ ਸੈਕਿੰਡ ਹੈ, ਹੋ ਸਕਦਾ ਵੀ ਅੱਜ ਪਾਰਟ ਨੰਬਰ ਥਰਡ ਵੀ ਆਪਾਂ ਅੱਜ ਹੀ ਅਪਲੋਡ ਕਰ ਦਈਏ ਆਪਾਂ, ਠੀਕ ਹੈ। ਸੋ ਲਗਭਗ 30 ਪੁਆਇੰਟ ਮੰਨ ਕੇ ਚੱਲੋ ਵੀ ਇਸ ਵਾਰ ਸਪੋਰਟਸ ਦੇ ਅਪ੍ਰੈਲ 'ਚ 30 ਪੁਆਇੰਟਸ ਜਿਹੜੇ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਬਣਦੇ ਆ ਉਹ ਆਪਾਂ ਕਵਰ ਕਰਨੇ ਆ। ਬਾਕੀ ਹੁਣ ਬਹੁਤ ਬੱਚਿਆਂ ਦੀ ਡਿਮਾਂਡ ਹੁੰਦੀ ਹੈ, ਜਿਵੇਂ ਸਭ ਨੂੰ ਪਤਾ ਹੀ ਹੈ, ਫੋਰ ਐਗਜ਼ਾਮਪਲ ਇੱਕ ਮੈਸੇਜ ਤੁਹਾਨੂੰ ਆਲਰੇਡੀ ਆ ਚੁੱਕਿਆ ਹੈ, ਜਿਵੇਂ ਗੇਮਾਂ ਲਾਰਜ ਸਕੇਲ ਦੀਆਂ ਹੋ ਗਈਆਂ, ਜਿਵੇਂ ਓਲੰਪਿਕਸ 4 ਸਾਲਾਂ ਬਾਅਦ ਆਉਂਦੇ ਹੈ, ਜਾਂ ਕੋਈ ਹੋਰ ਵੱਡਾ ਮਤਲਬ ਏਸ਼ੀਆ ਲੈਵਲ ਦਾ ਕੋਈ ਟੂਰਨਾਮੈਂਟ ਹੋ ਗਿਆ, ਜਿਵੇਂ ਹੁਣ ਯੂਰੋ ਕੱਪ ਵੀ ਚੱਲੀ ਜਾਂਦਾ ਹੈ, ਉਹਨਾਂ ਦੀਆਂ ਵੀਡੀਓਸ ਵਿੱਚ ਆਪਾਂ ਅਲੱਗ ਵੀ ਰੱਖਿਆ ਕਰਾਂਗੇ। ਉਹਨਾਂ ਵਿੱਚ ਅਗਦੇ ਆਪਾਂ ਨਾ ਰੱਖੀਏ, ਬਟ ਓਲੰਪਿਕ ਦੀ ਆਪਾਂ ਪੱਕੀ ਰੱਖਣੀ ਹੈ, ਉਹ ਤੁਸੀਂ ਬੇਫਿਕਰ ਹੋ ਜਾਓ। ਬਟ ਜਦੋਂ ਆਪਾਂ ਮੰਥਲੀ ਬੇਸਡ ਆਪਾਂ ਰਾਊਂਡ ਅਪ ਕਰਿਆ ਕਰਾਂਗੇ ਨਾ, ਤਾਂ ਉਹਦੇ ਵਿੱਚ ਵੀ ਆਪਾਂ ਪੁਆਇੰਟ 1 ਬਾਏ 1 ਜਿਵੇਂ ਜਿਵੇਂ ਆਉਣਗੇ ਆਪਾਂ ਕਵਰ ਕਰਦੇ ਜਾਵਾਂਗੇ, ਐਂਡ ਤੇ ਆਪਾਂ ਉਹਦੀ ਕੰਪਾਈਲੇਸ਼ਨ ਕਰ ਲਾਂਗੇ। ਐਡੀ ਗੇਮ ਹੁੰਦੀ ਹੈ ਸਾਰੀ, ਠੀਕ ਹੈ। ਚਲੋ, ਸੋ ਵਿਦਾਊਟ ਵੇਸਟਿੰਗ ਟਾਈਮ ਵਿੱਚ ਆਪਾਂ ਅੱਜ ਦਾ ਫਿਰ ਸੈਸ਼ਨ ਕਰਦੇ ਹਾਂ ਸਟਾਰਟ। ਕਹਿੰਦੇ ਪਹਿਲਾ ਇੰਡੀਅਨ ਜਿਹਨੂੰ ਵਿੱਚ ਅਪੁਆਇੰਟ ਕੀਤਾ ਗਿਆ ਜੂਰੀ ਮੈਂਬਰ। ਸੋ ਬਹੁਤ ਵੱਡਾ ਮਾਣ ਹਾਸਲ ਹੋਇਆ ਵੀ ਜੂਰੀ ਮੈਂਬਰ ਜਿਹੜੀਆਂ ਆਪਣੀਆਂ ਬੱਚੋ ਇਸ ਵਾਰ ਦੀਆਂ ਸਮਰ ਓਲੰਪਿਕਸ 2024 ਦੀਆਂ ਗੇਮਾਂ ਹੋਣ ਜਾ ਰਹੀਆਂ ਨੇ ਪੈਰਿਸ ਦੇ ਵਿੱਚ, ਤੇ ਇਹ ਬੱਚਾ ਆਪਣਾ ਹੈਗਾ ਪਹਿਲੀ ਗੱਲ ਉੱਥੇ ਫੇਰ ਹੈ। ਕਰੰਟ ਅਫੇਅਰ ਜਿਹ 'ਚ ਪਰਸਨਸ ਹੋ ਗਏ, ਅਵਾਰਡਸ ਹੋ ਗਏ ਜਾਂ ਸਪੋਰਟਸ ਹੈ, ਇਹ ਤਾਂ ਸ਼ਰਤ ਬਸ ਇਹ ਹੈ ਵੀ 2-4 ਵਾਰ ਪੜ੍ਹਿਆ ਹੋਣਾ ਚਾਹੀਦਾ। ਹੁਣ ਬਿਲਕਸ਼ਮੀਰ ਹੈ ਬਸ ਇਹਨੂੰ ਚੁਣ ਲਿਆ, ਤੇ ਇਹਦਾ ਰਿਕਾਰਡ ਵੀ ਬੱਚੋ ਕਾਇਮ ਹੋ ਗਿਆ, ਕਿਉਂਕਿ ਇਹ ਪਹਿਲੀ ਫੀਮੇਲ ਜੂਰੀ ਮੈਂਬਰ ਹੈ ਇੰਡੀਆ ਵੱਲੋਂ, ਇਸ ਨੂੰ ਪੁਆਇੰਟ ਪਤਾ ਹੋਣਾ ਚਾਹੀਦਾ। ਬਾਕੀ ਇਹ ਆਪਣੇ ਅਥਲੀਟ ਹੈ, ਓਬਵੀਅਸ ਹੈ ਜੂਰੀ ਮੈਂਬਰ ਓਲੰਪਿਕਸ ਹੈ, ਪਹਿਲਾਂ ਬੰਦਾ ਖਿਡਾਰੀ ਹੋਊਗੀ ਫਿਰ ਹੀ ਜੂਰੀ ਮੈਂਬਰ ਬਣਾਉਣਗੇ। ਸੋ ਕੁੱਲ ਮਿਲਾ ਕੇ ਬੱਚੋ ਇਹ ਵਾਟਰ ਸਪੋਰਟਸ ਪਾਣੀ ਵਾਲੀਆਂ ਖੇਡਾਂ ਦੇ ਵਿੱਚ ਇਹਨੇ ਮਹਾਰਤ ਹਾਸਲ ਕੀਤੀ ਹੋਈ ਹੈ ਇਸ ਖਿਡਾਰ ਨੇ, ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ ਖਿਡਾਰ ਨੇ। ਪਾਣੀ ਵਾਲੀ ਗੇਮ ਹੁੰਦੀ ਹੈ ਇੱਕ, ਜਿਹੜੇ ਆਪਾਂ ਇਕੱਲਾ ਇਕੱਲਾ ਬਹਿ ਖਿਡਾਰੀ ਰੇਸ ਲਾਉਂਦਾ ਹੁੰਦਾ ਪਾਣੀ 'ਚ, ਉਹਨੂੰ ਆਪਾਂ ਗੇਮ ਨੂੰ ਬੱਚੋ ਕਹਿ ਦਿੰਦੇ ਹਾਂ ਕੈਨੋਈ। ਸੋ ਇਹ ਕੈਨੋਇਸਟ ਹੈ ਜਿਹਨੇ 1998 ਦੇ ਵਿੱਚ ਬੱਚੋ ਆਪਦੀ ਜਰਨੀ ਸਟਾਰਟ ਕੀਤੀ ਸੀ, ਤੇ ਅੱਜ ਇਹਨਾਂ ਦਾ ਫਿਰ ਜਿਹੜਾ ਸੁਪਨਾ ਹੈ ਉਹ ਕਹਿੰਦੇ ਪੂਰਾ ਹੋ ਗਿਆ। ਜਿਵੇਂ ਤੁਹਾਡਾ ਵੀ ਸੁਪਨਾ ਪੂਰਾ ਹੋਊਗਾ, ਮਿਹਨਤ ਜਾਰੀ ਰੱਖੋ, ਸੁਪਨੇ ਸਭ ਪੂਰੇ ਹੋਣਗੇ, ਦੇਖੋ ਤਾਂ ਸਹੀ। ਸੋ ਕੁੱਲ ਮਿਲਾ ਕੇ ਸੋ ਇਹਨਾਂ ਨੇ ਪਹਿਲਾਂ ਅਥਲੀਟ ਵੀ ਹੈ, ਤੇ ਹੁਣ ਇਹ ਵਧੀਆ ਮਤਲਬ ਪ੍ਰਮੋਟਰ ਤੌਰ ਤੇ ਜੂਰੀ ਮੈਂਬਰ ਵੀ ਬਣ ਚੁੱਕੇ ਹੈ। ਸੋ ਇਹ ਪੁਆਇੰਟ ਸਿੰਪਲ ਯਾਦ ਰੱਖ ਲਿਓ, ਬਿਲਕਸ਼ਮੀਰ ਇਹ ਇੰਡੀਆ ਵਾਲਾ ਪਹਿਲੀ ਫੀਮੇਲ ਜੂਰੀ ਮੈਂਬਰ ਹੈ ਸਮਰ ਓਲੰਪਿਕ ਪੈਰਿਸ ਦੇ ਵਿੱਚ। ਲਓ ਜੀ ਦੂਜਾ ਪੁਆਇੰਟ, ਕਹਿੰਦੇ ਆਪਣੀ ਜਿਹੜੀ ਨੈਸ਼ਨਲ ਵੂਮੈਨ ਦੀ ਹਾਕੀ ਟੀਮ ਹੈ ਸੀਨੀਅਰ ਦੀ, ਤੁਹਾਨੂੰ ਪਤਾ ਹੈ ਇਹਨਾਂ ਦੇ ਇਸ ਵਾਰ ਬੱਚੋਂ ਨਿਰਾਸ਼ਾ ਹੱਥ ਲੱਗੀ ਹੈ, ਕਿਉਂਕਿ ਆਪਣੀ ਟੀਮ ਓਲੰਪਿਕਸ 'ਚ ਕੁਆਲੀਫਾਈ ਨਹੀਂ ਕਰ ਸਕੀ। ਸੋ ਬਹੁਤ ਵੱਡਾ ਬਦਲਾਅ ਓਬਵੀਅਸ ਹੈ, ਹੁੰਦਾ ਹੀ ਹੁੰਦਾ, ਤੇ ਫਾਈਨਲੀ ਫਿਰ ਬੱਚੋ ਨਵੇਂ ਕੋਚ ਨੂੰ ਅਪੁਆਇੰਟ ਕਰ ਦਿੱਤਾ ਗਿਆ, ਜਾਂ ਕਹਿ ਲਓ ਵੀ ਬਾਹਰਲੇ ਬੰਦੇ ਦਾ ਆਪਾਂ ਦਖਲਅੰਦਾਜ਼ੀ ਹੁਣ ਘਟਾਉਣੀ ਪੈਣੀ ਹੈ, ਕਿਉਂਕਿ ਆਪਣਾ ਬਾਹਰਲਾ ਪਹਿਲਾ ਕੋਚ ਸੀਗਾ, ਤੇ ਫਾਈਨਲੀ ਵਿੱਚ ਹੁਣ ਆਪਾਂ ਆਪਦੇ ਮਹਾਨ ਖਿਡਾਰੀ ਦਰੋਣਾਚਾਰਿਆ ਅਵਾਰਡੀ ਹਰਿੰਦਰ ਸਿੰਘ ਜੀ ਨੂੰ ਅਪੁਆਇੰਟ ਕੀਤਾ। ਬੱਚੋ ਯਾਦ ਰੱਖਿਓ, ਕੋਚ ਆਫ ਸੀਨੀਅਰ ਨੈਸ਼ਨਲ ਵੂਮੈਨਸ ਹਾਕੀ ਟੀਮ, ਸਮਝ ਗਏ ਮੈਂ ਬਾਰ ਬਾਰ ਕਹਿ ਰਿਹਾ, ਫਾਰਮਰ ਹਾਕੀ ਪਲੇਅਰ ਹੈ ਦਰੋਣਾਚਾਰਿਆ ਅਵਾਰਡੀ, ਤੁਹਾਨੂੰ ਪਤਾ ਹੈ ਹਿੰਦੁਸਤਾਨ ਦੇ ਵਿੱਚ ਜਦੋਂ ਬੰਦਾ ਕੋਚ ਦੀ ਕੈਟੇਗਰੀ ਹੁੰਦੀ ਹੈ ਉਹਦੇ ਵਿੱਚ ਮਿਲਦਾ ਹੁੰਦਾ, ਬਹੁਤ ਵੱਡਾ ਅਵਾਰਡ ਹੈ। ਇਨਫੈਕਟ ਸਭ ਤੋਂ ਵੱਡਾ ਅਵਾਰਡ ਕੋਚ ਦੀ ਕੈਟੇਗਰੀ ਦਾ ਇੰਡੀਆ ਦੇ ਵਿੱਚ ਦਰੋਣਾਚਾਰਿਆ ਅਵਾਰਡ ਹੀ ਹੈ। 15 ਲੱਖ ਤਾਂ ਨਾਮ ਹੁੰਦਾ ਇਹਦਾ, 15 ਲੱਖ ਰੁਪਏ, ਯਾਦ ਰੱਖਿਓ, ਸਮਝ ਗਏ ਮੇਰੀ ਗੱਲ। ਸੋ ਇਹਨਾਂ ਨੂੰ ਚੂਜ਼ ਕਰ ਲਿਆ ਗਿਆ, ਇਹ ਪੁਆਇੰਟ ਦੇਖ ਹੀ ਲਿਆ, ਕਦੋਂ ਤੱਕ ਇਹ ਕਾਰਜਕਾਲ ਸੰਭਾਲਣਗੇ ਬੱਚਿਓ ਆਪਦਾ, 2028 LA ਓਲੰਪਿਕਸ। ਹੁਣ ਆਪਾਂ 24 ਦੇ ਓਲੰਪਿਕਸ ਪੜ੍ਹਨੀ ਹੈ, ਫਿਰ ਆਪਾਂ ਲੋਸ ਏਂਜਲਸ ਦੀਆਂ 2028 ਨੂੰ ਪੜ੍ਹਾਊਂਗਾ ਮੈਂ, ਠੀਕ ਹੈ। ਆਹ ਪੁਆਇੰਟ ਵੀ ਯਾਦ ਜ਼ਰੂਰ ਰੱਖਣਾ ਹੈ ਵੀ ਇਹਨਾਂ ਨੇ ਰੀਪਲੇਸ ਕਿਹਨੂੰ ਕੀਤਾ ਹੈ, ਪਹਿਲਾਂ ਆਪਣਾ ਹਾਲੈਂਡ ਦਾ ਕੋਚ ਲਾ ਰੱਖਿਆ, ਉਹ ਤਾਂ ਨਾ ਹੀ ਬਾਹਲਾ ਘੈਂਟ ਜਾਣ ਕੇ, ਇਹਦਾ ਲੱਗਦਾ ਜਿਵੇਂ ਜਾਣ ਕੇ ਹਰਾਤੇ ਹੁੰਦੇ ਹੈ।
ਵੈਸੇ ਕਹਿ ਰਿਹਾ ਯਾਦ ਰੱਖਣਾ ਸੌਖਾ ਹੈ, ਵੈਸੇ ਕੋਚ ਕੋਈ ਇਹੋ ਜਿਹਾ ਨਹੀਂ ਹੁੰਦਾ ਵੀ ਉਹ ਜਾਣ ਕੇ ਆਪਦੀ ਟੀਮ ਨੂੰ ਹਰਾਊਗਾ, ਇਹ ਚੀਜ਼ ਮਤਲਬ ਕੋਚ ਦੇ ਜੀਨ 'ਚ ਖੂਨ 'ਚ ਨਹੀਂ ਹੁੰਦੀ, ਸਮਝ ਗਏ ਮੇਰੀ ਗੱਲ, ਉਹ ਕਿਹੜੇ ਮਰਜ਼ੀ ਮੁਲਕ ਦਾ ਹੋਵੇ। ਅਤੇ ਕੁੱਲ ਮਿਲਾ ਕੇ ਨਾ ਵੈਸੇ ਯਾਦ ਰੱਖਣਾ ਸੌਖਾ ਹੈ, ਜਾਣ ਕੇ ਸ਼ੋਪਮੈਨ ਨੇ ਬਸ ਫਿਰ ਕਰਾਤੀ ਸ਼ੋਪਿੰਗ ਆਪਣੇ ਵਾਲਿਆਂ ਦੀ, ਇਹ ਆਪਾਂ ਅਸਤੀਫਾ ਦੇ ਗਿਆ ਬੱਚੋ, ਜੋ ਟੀਮ ਇਹਨਾਂ ਦੀ ਫੇਲ ਹੋ ਗਈ, ਕੁਆਲੀਫਾਈ ਨਹੀਂ ਕਰ ਸਕੀ ਪੈਰਿਸ ਓਲੰਪਿਕ ਦੇ ਵਿੱਚ। ਬਾਕੀ ਜਿਹੜੀ ਡੈਕਲਰੇਸ਼ਨ ਹੈ ਆਪਣੇ ਹਰਿੰਦਰ ਸਿੰਘ ਵਾਲੀ, ਇਹ ਵਿੱਚ ਖਬਰਾਂ 'ਚ ਬਹੁਤ ਜ਼ਿਆਦਾ ਘੱਟ ਆਈ ਹੈ, ਕਿਉਂਕਿ ਤੁਹਾਨੂੰ ਪਤਾ ਉਸ ਸਮੇਂ ਆਪਣੇ ਇੰਡੀਆ ਦੇ ਵਿੱਚ ਚੋਣ ਮੈਦਾਨ ਪੂਰਾ ਭਖਿਆ ਹੋਇਆ ਸੀ, ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ, ਚੋਣ ਜਾਬਤਾ, ਸਮਝ ਗਏ। ਲਓ ਵੀ ਤੀਜਾ ਪੁਆਇੰਟ ਇਦੂ ਵੀ ਖਾਸ ਹੈ, ਪਹਿਲਾ ਇੰਡੀਅਨ ਬੱਚੋ, ਪਹਿਲਾ ਇੰਡੀਅਨ ਜਿਹਨੇ ਮੈਚ ਜਿੱਤਿਆ ਭਾਈ ਸਾਹਿਬ, ਮਾਸਟਰਸ 100 ਟੂਰਨਾਮੈਂਟ ਔਨ ਕਲੇ ਕੋਰਟ। ਜਿਹੜੇ ਮਾਸਟਰਸ 100 ਆਖੀਏ ਨਾ, 1000 ਹੁੰਦਾ ਹੈ, ਮਾਸਟਰਡ 1000 ਟੂਰਨਾਮੈਂਟ ਹੁੰਦੇ ਆ ਨਾ, ਇਹ ਟੈਨਿਸ ਦੇ ਬਹੁਤ ਵੱਡੇ ਕੰਪੀਟੀਸ਼ਨ ਹੈ। ਜਿਹੜਾ ਆਹ ਟੂਰਨਾਮੈਂਟ ਹੈ ਜਿਵੇਂ ਕਲੇ ਕੋਰਟ ਵਾਲਾ, ਇਸ ਵਾਰ ਬੱਚੋ ਹੋਇਆ ਸੀ ਆਪਣੇ ਰੋਲੈਕਸ ਮੋਂਟੇ ਕਾਰਲੋ ਮਾਸਟਰਸ। ਇਹ ਪਹਿਲੀ ਗੱਲ ਤਾਂ ਬੱਚੇ ਨੂੰ ਐਂ ਲੱਗਦਾ ਵੀ ਵਿੰਬਲਡਨ ਹੋ ਗਿਆ, ਫਰੈਂਚ ਓਪਨ ਹੋ ਗਿਆ, US ਓਪਨ ਹੋ ਗਿਆ, ਆਸਟ੍ਰੇਲੀਅਨ ਓਪਨ ਹੋ ਗਿਆ, ਖਣੀ ਇਹੀ ਟੂਰਨਾਮੈਂਟ ਹੈ ਬਹੁਤ, ਜਿਵੇਂ ਹੁਣ ਆਪਣੇ ਟੂਰਨਾਮੈਂਟ ਹੁੰਦੇ ਰਹਿੰਦੇ ਯਾਰ, ਹੁਣ ਜਿਵੇਂ T20 ਵਰਲਡ ਕੱਪ ਹੈ, ਹੁਣ ਆਪਣਾ ਟੂਰਨਾਮੈਂਟ ਜਿੰਬਾਬਵੇ ਨਾਲ ਸ਼ੁਰੂ ਹੋ ਗਿਆ, ਸੋ ਟੂਰਨਾਮੈਂਟ ਬਥੇਰੇ ਹੁੰਦੇ ਰਹਿੰਦੇ ਹੈ ਅਤੇ ਸਾਰੇ ਮੈਚ ਹੀ ਫਿਰ ਮਤਲਬ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਬੈਟ ਬੱਲੇ ਦੇ, ਉਹ ਮੇਰੇ ਟੈਨਿਸ ਦਾ ਬਹੁਤ ਵੱਡਾ ਟੂਰਨਾਮੈਂਟ ਹੈ। ਅਤੇ ਇਹਦੇ ਵਿੱਚ ਆਪਣੇ ਇੰਡੀਆ ਦੇ ਖਿਡਾਰੀ ਨੇ ਕਮਾਲ ਕਰਤੀ, ਕਲੇ ਕੋਰਟ ਦਾ ਟੂਰਨਾਮੈਂਟ ਹੈ, ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਟੂਰਨਾਮੈਂਟ ਪਤਾ ਕਿਹੜਾ ਖੇਡਦਾ ਰਿਹਾ, ਜਿਹੜਾ ਕਲੇ ਕੋਰਟ ਦਾ ਬਾਦਸ਼ਾਹ ਰਾਫੇਲ ਨਡਾਲ, 2005 ਦੀਆਂ ਗੱਲਾਂ, ਉਹਨੇ ਗਰਦ ਕੱਢੀ ਹੋਈ ਟੂਰਨਾਮੈਂਟਾਂ 'ਚ। ਸੋ ਇਹਦੇ ਵਿੱਚ ਆਪਣਾ ਫਾਈਨਲੀ ਇੱਕ ਇੰਡੀਅਨ ਬੱਚੋ ਟੈਨਿਸ ਪਲੇਅਰ ਸਿੰਗਲ ਦੇ ਵਿੱਚ, ਖਾਸ ਕਰਕੇ ਸਭ ਤੋਂ ਵੱਡੀ ਗੱਲ ਜਿਹਦਾ ਨਾਮ ਕੀ ਹੈ, ਸੁਮਿਤ ਨਾਗਲ, ਇਹ ਬੱਚੋ ਦੂਜੇ ਰਾਊਂਡ ਦੇ ਵਿੱਚ ਪਹੁੰਚ ਗਿਆ ਸੀ। ਬਹੁਤ ਵੱਡੀ ਜਿੱਤ ਹੈ ਇੰਡੀਆ ਦੀ, ਕਿਉਂਕਿ ਆਮ ਤੌਰ 'ਤੇ ਆਪਾਂ ਇਹੋ ਜਿਹੇ ਟੂਰਨਾਮੈਂਟਾਂ ਦੇ ਵਿੱਚ ਫਸਟ ਰਾਊਂਡ 'ਚ ਹੀ ਬਾਹਰ ਹੋ ਜਾਂਦੇ ਹਾਂ। ਤੁਸੀਂ ਐਂ ਹਿਸਾਬ ਲਾ ਲਓ, ਜਿਹੜੇ ਟੂਰਨਾਮੈਂਟ ਹੁੰਦੇ ਆ ਮਾਸਟਰਸ 1000 ਵਾਲਿਆਂ ਦੇ, ਇਹਦੇ ਵਿੱਚ ਕਾਰਨਾਮਾ ਜਸਟ ਤੀਜੀ ਵਾਰ ਹੋਇਆ ਹੈ ਜਦੋਂ ਆਪਣਾ ਕੋਈ ਸਿੰਗਲ ਖਿਡਾਰੀ ਦੂਜੇ ਰਾਊਂਡ 'ਚ ਪਹੁੰਚ ਗਿਆ ਹੋਵੇ। ਤੁਸੀਂ ਐਂ ਹਿਸਾਬ ਲਾ ਲਓ ਵੀ ਕਿੰਨਾ ਜ਼ਿਆਦਾ ਆਪਣਾ ਇੰਡੀਆ ਦੇ ਵਿੱਚ ਕਹਿ ਲਓ ਦਬਦਬਾ ਇਕੱਲੇ ਬੈਟ ਬੱਲੇ ਦਾ, ਬਾਕੀਆਂ ਗੇਮਾਂ 'ਚ ਆਪਾਂ ਤੋਂ ਦੂਜੇ ਰਾਊਂਡ 'ਚ ਹੀ ਨਹੀਂ ਪਹੁੰਚਿਆ ਜਾਂਦਾ, ਜਿਹੜਾ ਇਤਿਹਾਸਕ ਪੁਆਇੰਟ ਬਣ ਜਾਂਦਾ। ਸੋ ਇਹਨਾਂ ਨੇ ਬੱਚੋ ਹਰਾਇਆ ਕਿਹਨੂੰ ਹੈ, ਮੈਟੀਓ ਅਰਨਾਲਡੀ ਨੂੰ ਹਰਾਇਆ, ਇਹ ਆਪਣਾ ਇਟਲੀ ਦੇ, ਬਹੁਤ ਤਕੜੀ ਕਮਬੈਕ ਕਰੀ ਹੈ, ਕਿਉਂਕਿ ਪਹਿਲਾ ਰਾਊਂਡ ਜਿਹੜਾ ਹੋਇਆ ਸੀਗਾ ਉਹ 6-7 ਦੇ ਨਾਲ ਹਾਰ ਗਏ ਸੀ ਆਪਣੇ ਸੁਮਿਤ ਸਾਹਿਬ, ਬਟ ਇਹਨਾਂ ਨੇ ਫਿਰ 6-2 6-4, ਆ ਪਹਿਲਾ ਸਕੋਰ ਆਪਣੇ ਸੁਮਿਤ ਸਾਹਿਬ ਦਾ, ਆ ਦੂਜਾ ਆਪਣੇ ਮੈਟੀਓ ਦਾ। ਸੋ ਮੈਟੀਓ ਦੇਖੋ ਪਹਿਲਾ ਰਾਊਂਡ ਜਿੱਤ ਗਿਆ, ਬਟ ਅਗਲੇ ਦੋਨੇ ਰਾਊਂਡ ਆਪਣਾ ਸੁਮਿਤ ਜਿੱਤ ਗਿਆ। 95 ਰੈਂਕ ਦਾ ਬੱਚੇ ਖਿਡਾਰੀ ਹੈ ਅਤੇ ਆਪਣਾ ਤੀਜਾ ਇੰਡੀਅਨ ਬਣ ਗਿਆ ਜਿਹੜਾ ਕਿ ਮਤਲਬ ਦੂਜੇ ਰਾਊਂਡ 'ਚ ਮੇਨ ਡਰਾਅ 'ਚ ਪਹੁੰਚਿਆ ਹੈ। ਮੋਂਟੇ ਕਾਰਲੋ ਪਤਾ ਕੀ ਹੈ, ਇਹ ਰੋਲੈਕਸ ਮੋਂਟੇ ਕਾਰਲੋ ਮਾਸਟਰ ਦਾ ਮਤਲਬ ਕੀ ਹੈ, ਮੋਂਟੇ ਕਾਰਲੋ ਜਗ੍ਹਾ ਦਾ ਨਾਮ ਹੈ, ਇਹ ਆਪਣਾ ਬ੍ਰਾਂਡ ਨਹੀਂ ਹੈਗਾ, ਇਹ ਵੀ ਆਪਣੇ ਕਦੇ ਸ਼ੋਰੂਮ 'ਚ ਖੇਡੀ ਜਾਂਦੇ ਮੋਂਟੇ ਕਾਰਲੋ ਵਾਲੇ 'ਚ। ਮੋਂਟੇ ਕਾਰਲੋ ਜਗ੍ਹਾ ਦਾ ਨਾਮ ਹੈ ਮੋਨਾਕੋ ਦੇ ਵਿੱਚ। ਕਈ ਵਾਰ ਕਈ ਬੱਚਿਆਂ ਨੂੰ ਮੈਂ ਕਹਿੰਦਾ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਕਈ ਬੱਚਿਆਂ ਨੂੰ ਕਿ, ਯਾਦ ਰੱਖਿਓ ਇਹ ਮੋਨਾਕੋ 'ਚ ਹੈ ਮੋਂਟੇ ਕਾਰਲੋ। ਸੋ ਇੱਥੇ ਆਪਣਾ ਖਿਡਾਰੀ ਬਣ ਗਿਆ ਤੀਜਾ, ਪਹਿਲਾ ਸੀ ਬੱਚੋ ਵਿਜੇ ਅੰਮ੍ਰਿਤ ਰਾਜ, ਇਹ 77 ਦੀ ਗੱਲ ਹੈ, ਇਹ ਪਹੁੰਚੇ ਸੀ ਦੂਜੇ ਰਾਊਂਡ 'ਚ। ਫਿਰ ਆਪਣਾ ਰਮੇਸ਼ ਕ੍ਰਿਸ਼ਨਨ ਸਾਹਿਬ ਹੈ, ਇਹ 1982 ਦੀ ਗੱਲ ਹੈ, ਮੈਂ ਕਹਿੰਦਾ ਆਪਾਂ ਨੂੰ ਕਦੇ ਜਿੱਤ ਹੀ ਨਹੀਂ ਮਿਲੀ ਸੀ ਯਾਰ, ਇਹ ਆਪਣੇ ਸੁਮਿਤ ਨਾਗਲ ਨੇ ਜਿਹੜਾ ਸੋਕਾ ਸੀ ਇੰਨਾ ਬੱਚੋ ਇਹ ਪੂਰਾ ਕਰਤਾ ਇਹਨਾਂ ਨੇ, ਸਮਝ ਗਏ ਮੇਰੀ ਗੱਲ। ਜਿਵੇਂ ਮੀਂਹ ਵਾਲਾ ਮੌਸਮ ਬਣਿਆ ਹੋਇਆ ਤਾਂ ਉਵੇਂ ਫਿਰ ਟੈਨਿਸ ਦੇ ਵਿੱਚ ਵੀ ਫਿਰ ਰਾਊਂਡ ਕਮੇਲਾ ਲਿਆ ਤਾਂ ਆਪਣੇ ਸੁਮਿਤ ਨਾਗਲ ਨੇ। ਸੋ ਟੈਨਿਸ ਦਾ ਖਿਡਾਰੀ ਮਹਾਨ ਯਾਦ ਰੱਖਿਓ, ਬਿਲਕਿਸ ਮੀਰ ਜੂਰੀ ਮੈਂਬਰ ਹੈ ਉਹ ਵੀ ਯਾਦ ਰੱਖਿਓ, ਉਹ ਗੁੱਡ ਪੁਆਇੰਟ ਹੈ ਸਾਰੇ, ਸਮਝ ਗਏ ਮੇਰੀ ਗੱਲ। ਚਲੋ ਵੀ ਆਹ ਪੁਆਇੰਟ ਤਾਂ ਫਿਰ ਤੁਹਾਨੂੰ ਸੁੱਖ ਨਾਲ ਮੇਰੇ ਹਿਸਾਬ ਨਾਲ ਤਾਂ ਪਤਾ ਹੀ ਹੋਣਾ।
ਫਾਰਮੂਲਾ 1 ਦੀਆਂ ਬੱਚੋ ਜਿਹੜਾ ਵਰਲਡ ਚੈਂਪੀਅਨਸ਼ਿਪ ਹੁੰਦਾ ਹੈ, ਪਹਿਲਾਂ ਬਹੁਤ ਉੱਚ ਨਹੀਂ ਪਤਾ ਹੁੰਦਾ ਵੀ ਇਹ ਸਰ ਜੀ ਇੰਨੇ ਕੱਪ ਕਿਵੇਂ ਹੁੰਦੇ ਹੈ, ਇਹ ਬੱਚੋ ਸਾਰੇ ਸਾਲ ਦਾ ਕੈਲੰਡਰ ਜਾਰੀ ਹੋ ਜਾਂਦਾ ਹੁੰਦਾ। ਜਿਹੜਾ ਇਸ ਵਾਰ 2024 ਦਾ F1 ਵਰਲਡ ਚੈਂਪੀਅਨਸ਼ਿਪ ਹੈ, ਇਹਦੇ ਵਿੱਚ ਟੋਟਲ ਸਮਝ ਲਓ 24 ਟੂਰਨਾਮੈਂਟ ਹੋਣੇ ਹੈ। ਕਿੰਨੇ ਟੂਰਨਾਮੈਂਟ ਹੋਣੇ ਆ? 24 ਟੂਰਨਾਮੈਂਟ। ਤਾਂ ਹੀ ਤੁਸੀਂ ਆਏ ਮਹੀਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਇਹ ਪੱਕੇ ਦੇਖਦੇ ਹੁੰਦੇ ਹੋ, ਜਿਵੇਂ ਆਹ ਜੈਪਨੀਜ਼ ਦਾ ਹੋ ਗਿਆ, ਜਿਵੇਂ ਆਹ ਦੇਖੋ ਆਹ ਖਬਰ ਤੱਕ, ਇਹ ਅਪ੍ਰੈਲ ਦੀ ਖਬਰ ਹੈ, ਜਿਹੜਾ F1 ਜੈਪਨੀਜ਼ ਗ੍ਰੈਂਡ ਪ੍ਰਿਕਸ ਹੈ, ਇਹ ਆਪਣੇ 2024 ਦਾ ਇਹ ਚੌਥਾ ਟੂਰਨਾਮੈਂਟ ਹੈ, ਚੌਥਾ, ਤੇ ਇਹ ਜਿੱਤਿਆ ਕਿ ਨਹੀਂ ਹੈ, ਮੈਕਸ ਵਰਸਟੈਪਨ ਨੇ। ਹੁਣ ਧਿਆਨ ਨਾਲ ਸੁਣਨਾ ਮਾੜਾ ਪੁਆਇੰਟ ਮੈਂ ਕੀ ਕਹਿਣਾ ਚਾਹੁੰਦਾ। ਆਹ ਸੀ ਪਹਿਲਾਂ ਸਿੱਧਾ ਤੁਹਾਨੂੰ ਆਹ ਪੁਆਇੰਟ ਪੜ੍ਹਾਉਣਾ, ਇਸ ਵਾਰ 2024 ਦਾ ਫਾਰਮੂਲਾ 1 ਵਰਲਡ ਚੈਂਪੀਅਨਸ਼ਿਪ ਆ ਬੱਚੋ, ਇਹ ਆਪਣਾ ਹੋਣੇ ਹੈ 24 ਗ੍ਰੈਂਡ ਪ੍ਰਿਕਸ, 24 ਆਹ ਚਾਰ ਹੁਣ ਤੱਕ ਹੋ ਚੁੱਕੇ ਹੈ। ਕੋਈ ਜਨਵਰੀ 'ਚ ਕੰਮ ਸ਼ੁਰੂ ਹੋ ਜਾਂਦਾ, ਮਾਰਚ ਮੂਰਚ 'ਚ ਕੰਮ ਸ਼ੁਰੂ ਹੋ ਜਾਂਦਾ ਇਹਨਾਂ ਦਾ। ਪਹਿਲਾਂ ਜਿਵੇਂ ਬਹਰੇਨ ਹੋਇਆ ਸੀ, ਫਿਰ ਸਾਊਦੀ ਅਰੇਬੀਆ ਹੋਇਆ ਸੀ, ਫਿਰ ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ ਹੈ, ਫਿਰ ਜੈਪਨੀਜ਼ ਹੈ। ਤੁਸੀਂ ਐਂ ਦੇਖੋ ਵੀਰੇ, ਚਾਰ ਵੈਸੇ ਹੁਣ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ, ਅੱਜ ਤੱਕ ਬੱਚੋ ਇਹ 11 ਹੋ ਚੁੱਕੇ ਹੈ। ਇਹ 11 ਦੇ ਵਿੱਚੋਂ 7 ਤਾਂ ਆਪਣਾ ਮੈਕਸ ਵਰਸਟੈਪਨ ਹੀ ਟੂਰਨਾਮੈਂਟ ਜਿੱਤ ਗਿਆ, ਮੈਕਸ ਵਰਸਟੈਪਨ ਹੀ ਜੈਪਨੀਜ਼ ਜਿੱਤਿਆ, ਮੈਕਸ ਵਰਸਟੈਪਨ ਹੀ ਮੈਕਸ ਵਰਸਟੈਪਨ ਹੀ ਬਹਿਰੇਨ ਵਾਲਾ ਜਿੱਤਿਆ, ਮੈਕਸ ਵਰਸਟੈਪਨ ਹੀ ਸਾਊਦੀ ਅਰੇਬੀਆ ਵਾਲਾ ਜਿੱਤਿਆ। ਆਹ ਆਸਟ੍ਰੇਲੀਅਨ ਹਾਰ ਗਿਆ ਸੀ, ਕੱਲ੍ਹ ਇਹ ਆਸਟ੍ਰੇਲੀਅਨ ਹਾਰਿਆ ਸੀ ਕੈਰਲੋਸ ਤੋਂ, ਕੈਰਲੋਸ ਬੱਚੋ ਆਪਣਾ ਸਪੇਨ ਦਾ, ਕੈਰਲੋਸ ਖਿਡਾਰੀ ਆਪਣਾ ਸਪੇਨ ਦਾ। ਸੋ ਇਹ ਵਿੱਚ ਇਹਨੇ ਮਤਲਬ ਹੈਟ੍ਰਿਕ ਵੱਜਣ ਨਹੀਂ ਦਿੱਤੀ ਲਗਾਤਾਰ। ਜਿਹੜਾ ਮੈਕਸ ਵਰਸਟੈਪਨ ਹੈ, ਯਾਦ ਰੱਖਿਓ ਇਹ ਕਿਹੜੀ ਕੰਪਨੀ ਦਾ ਡਰਾਈਵਰ ਹੈ? ਰੈੱਡ ਬੁੱਲ ਦਾ। ਵੈਸੇ ਬੱਚੇ ਬਹੁਤ ਉਲਝਦੇ ਹੈ, ਵੈਸੇ ਤਾਂ ਬੱਚੋ ਇਹਨਾਂ ਦਾ ਜਨਮ ਹੋਇਆ ਸੀ ਬੈਲਜੀਅਮ ਦੇ ਵਿੱਚ, ਬਟ ਅੱਜ ਇਹਨਾਂ ਕੋਲ ਜਿਹੜੀ ਨਾਗਰਿਕਤਾ ਹੈ ਇਹ ਕਿਹੜੇ ਮੁਲਕ ਦੀ ਹੈ? ਅੱਜ ਇਹ ਡੱਚ ਹੈ। ਇਹ ਗੱਲ ਯਾਦ ਰੱਖਿਓ, ਬਹੁਤ ਬੱਚੇ ਉਲਝ ਜਾਂਦੇ ਹੁੰਦੇ ਆ, ਸਮਝ ਗਏ ਮੇਰੀ ਗੱਲ? ਸੋ ਇਹਨਾਂ ਨੇ ਬੱਚੋ ਫਿਰ ਜੈਪਨੀਜ਼ ਫਾਰਮੂਲਾ 1 ਗ੍ਰੈਂਡ ਪ੍ਰਿਕਸ ਦਾ ਟੂਰਨਾਮੈਂਟ ਜਿੱਤ ਲਿਆ ਐਟ ਸੁਜ਼ੂਕਾ, ਜਪਾਨ ਦੇ ਵਿੱਚ ਇਹ ਖੇਡ ਹੋਈ ਹੈ। ਕਿਹਨੂੰ ਹਰਾਇਆ ਸੀ? ਸਰਜੀਓ ਪੈਰੇਜ਼। ਜਿਹੜਾ ਕਾਰਲੋਸ ਹੈ ਉਹ ਆਇਆ ਸੀ ਤੀਜੇ ਨੰਬਰ ਤੇ। ਸੋ ਅੱਜ ਆਹ ਸਾਲ ਦੇ ਜਿਹੜੇ 24 ਰੇਸਾਂ ਹੋਣਗੀਆਂ, ਉਹ 'ਚ 5 ਕੁ ਬੰਦਿਆਂ ਦਾ ਨਾਂ ਰਹਿੰਦਾ, ਆਹ 3 ਬੰਦੇ ਤੁਹਾਨੂੰ ਮੈਂ ਦਿਖਾ ਤੇ, ਸਮਝ ਗਏ ਮੇਰੀ ਗੱਲ? ਵੀ ਜਿਹੜਾ ਸਰਜੀਓ ਪੈਰੇਜ਼ ਹੈ ਇਹ ਵੀ ਰੈੱਡ ਬੁੱਲ ਦਾ ਹੀ ਹੈ, ਕਾਰਲੋਸ ਸੈਂਜ ਆਪਾਂ ਦੇਖ ਰਿਹਾ ਇਹ ਫਰਾਰੀ ਦਾ ਡਰਾਈਵਰ ਹੈ। ਜਿਹੜਾ ਬੱਚੇ ਇਹ ਹੈ ਇਹ ਆਪਣਾ ਹੈਗਾ ਜੀ ਫਰਾਰੀ ਦਾ ਡਰਾਈਵਰ, ਮੈਕਸ ਵਰਸਟੈਪਨ ਆਪਣਾ ਰੈੱਡ ਬੁੱਲ ਦਾ ਡਰਾਈਵਰ ਹੈ, ਇਹ ਆਪਣਾ ਸਪੇਨ ਦਾ, ਤੇ ਇਹ 24 ਹੋਣੇ ਟੋਟਲ ਗ੍ਰੈਂਡ ਪ੍ਰਿਕਸ। ਆਹ 4 ਦਾ ਰਿਜ਼ਲਟ ਤੁਹਾਡੇ ਸਾਹਮਣੇ ਲਿਖਿਆ, ਰਿਜ਼ਲਟ ਕੀ ਲਿਖਿਆ ਹੈ? ਜਿਹੜਾ ਮੈਕਸ ਵਰਸਟੈਪਨ ਹਾਰੂਗਾ, ਬਸ ਕਹਿ ਲਿਓ, ਯਾਦ ਕਰ ਲਿਓ, ਹਾਲੇ 11 ਹੋ ਗਏ। ਜਿਹੜਾ 11ਵਾਂ ਹੋਇਆ ਨਾ ਉਹ ਹੋਇਆ ਆਸਟ੍ਰੀਅਨ, ਇੱਕ ਆਸਟ੍ਰੀਆ ਮੁਲਕ ਹੈ ਯੂਰਪ ਦਾ, ਇਹ ਆਸਟ੍ਰੇਲੀਅਨ ਹੈ, ਉਹ ਆਸਟ੍ਰੀਅਨ ਹੈ, ਉਹ ਵੀ ਇੱਕ ਨਵੇਂ ਖਿਡਾਰੀ ਨੇ ਜਿੱਤਿਆ, ਜਾਰਜ ਰਸਲ ਨੇ, ਉਸਨੂੰ ਮੈਂ ਉੱਥੇ ਦੱਸੂ, ਘਬਰਾਇਓ ਨਾ। ਸੋ 11 ਦੇ ਵਿੱਚੋਂ 7 ਕੌਣ ਜਿੱਤ ਗਿਆ? ਮੈਕਸ ਵਰਸਟੈਪਨ, ਸਮਝ ਗਏ? ਤੇ ਇਹ ਬੱਚੋ ਇਹ ਤੀਜੀ ਹੈ, ਜਿਹੜੀ ਉਦੋਂ ਤੱਕ 4 ਹੋਈਆਂ ਸੀ, ਇਹ ਤੀਜੀ ਜਿੱਤ ਸੀਗੀ, ਸਮਝ ਗਏ ਮੇਰੀ ਗੱਲ? ਚਲੋ ਵੀ ਕਹਿੰਦੇ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 2024, ਇਹਦੇ ਵਿੱਚ ਵੀ ਇੰਡੀਆ ਨੇ ਅਸੀਂ ਕਾਫੀ ਬਾਜੀ ਮਾਰੀ ਹੈ। ਤੇ ਕੁੱਲ ਮਿਲਾ ਕੇ ਆਪਾਂ ਕਹਿ ਲਓ ਵੀ ਦੁਬਾਰੇ ਹੁਣ ਦੁਬਾਰੇ ਆਪਣਾ ਰੀਵਾਈਵ ਹੋ ਰਿਹਾ ਰੈਸਲਿੰਗ ਫੈਡਰੇਸ਼ਨ। ਹਿੰਦੁਸਤਾਨ 'ਚ ਰੈਸਲਿੰਗ ਨੇ ਜਿੰਨੀਆਂ ਉਚਾਈਆਂ ਪ੍ਰਾਪਤ ਕੀਤੀਆਂ ਸੀ ਉਹ ਸੁਸ਼ੀਲ ਕੁਮਾਰ ਤੋਂ ਬਾਅਦ ਤੁਹਾਨੂੰ ਪਤਾ ਹੈ ਡਾਊਨਫਾਲ ਸਟਾਰਟ ਹੋ ਗਿਆ, ਉਦੋਂ ਬਾਅਦ ਇੰਟਰਨਲ ਮਸਲੇ ਉੱਠ ਖੜੇ, ਸੋ ਬਹੁਤ ਜ਼ਿਆਦਾ ਬਦਨਾਮੀ ਖੱਟੀ ਸੀ ਆਪਣੇ, ਪਰ ਫਾਈਨਲੀ ਜਿਹੜਾ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 2024 ਟੂਰਨਾਮੈਂਟ ਆ ਬੱਚੋ ਇਹ ਹੋਇਆ ਸੀ ਬਿਸ਼ਕੇਕ,
ਕਿੱਥੇ ਕਿਰਗਿਜ਼ਸਤਾਨ ਮੁਲਕ ਦੇ ਵਿੱਚ। ਅਤੇ ਕੁੱਲ ਮਿਲਾ ਕੇ ਇਹ ਕਿੰਨਵਾਂ ਐਡੀਸ਼ਨ ਸੀ ਬੱਚੋ, ਇਹ 20ਵਾਂ ਟੂਰਨਾਮੈਂਟ ਹੋਇਆ ਸੀ। ਹਾਂ ਅਪ੍ਰੈਲ, ਓਬਵੀਅਸ ਅਪ੍ਰੈਲ ਦੇ ਕਰੰਟ ਅਫੇਅਰ ਆਪਾਂ ਪੜ੍ਹੀ ਜਾਂਦੇ ਹਾਂ, ਅਤੇ ਇਹਦੇ ਵਿੱਚ ਆਪਾਂ ਟੋਟਲ ਜਿੱਤੇ ਆ 9 ਮੈਡਲ। ਕਿੰਨੇ ਮੈਡਲ ਜਿੱਤੇ ਆ ਬੱਚਿਓ? 9 ਮੈਡਲ ਜਿੱਤੇ ਆਪਾਂ, 4 ਆਪਣੇ ਸਿਲਵਰ ਹੈ ਅਤੇ 5 ਆਪਣੇ ਬਰੌਂਜ ਹੈ। ਅਤੇ ਮੈਨੂੰ ਪਤਾ ਹੁਣ ਬੱਚਿਆਂ ਦਾ ਸਵਾਲ ਕੀ ਹੋਊਗਾ ਵੀ ਸਰ ਜੀ ਇਹ ਤਾਂ ਯਾਦ ਕਰ ਲਾਂਗੇ ਵੀ ਟੂਰਨਾਮੈਂਟ ਕਿੱਥੇ ਹੋਇਆ, ਨੰਬਰਿੰਗ ਵੀ ਚਲੋ ਕਰ ਲਾਂਗੇ, ਬਹੁਤ ਦਿਮਾਗ ਆ ਸਾਡਾ ਸੁੱਖਣਾ ਰੱਬ ਨੇ ਦਿੱਤਾ ਹੈ ਵੀ 9 ਜਿੱਤੇ ਹੈ, ਵੀ ਖਿਡਾਰੀ ਵੀ ਯਾਦ ਕਰਨੇ ਹੈ। ਇਨਫੈਕਟ ਪੇਪਰ ਵਾਲਾ ਤੁਹਾਨੂੰ ਕਦੇ ਵੀ ਇੰਨਾ ਤਰੀਕੇ ਦਾ ਤੰਗ ਨਹੀਂ ਕਰੂਗਾ ਵੀ ਤੁਹਾਨੂੰ ਉਹ ਇਕੱਲਾ ਉਦਿਤ ਪੁੱਛੂਗਾ। ਜਦੋਂ ਵੀ ਇਹ ਸਵਾਲ ਇਹੋ ਜਿਹੇ ਆਉਂਦੇ ਹੁੰਦੇ ਆ ਨਾ, ਉਹ ਤੁਹਾਨੂੰ 3-4 ਖਿਡਾਰੀ ਇਕੱਠੇ ਦੇ ਕੇ ਪੁੱਛਦੇ ਹੁੰਦੇ ਆ ਵੀ 3-4 ਖਿਡਾਰੀ ਦੱਸੋ ਕਿਹੜੀ ਗੇਮ ਦੇ ਸੰਬੰਧਿਤ ਹੈ, ਤਾਂ ਇੱਕ ਵਾਰੀ ਇਹ ਜ਼ਰੂਰ ਪੜ੍ਹਨੇ ਹੁੰਦੇ ਆ, ਛੱਡੀਦਾ ਨਹੀਂ ਹੁੰਦਾ। ਨਾਲੇ ਆਪਣੇ ਵੂਮੈਨਸ ਨੇ ਤਾਂ ਬਾਜ਼ੀ ਮਾਰੀ ਹੈ, ਇਹ 9 ਤੋਂ 6 ਤਾਂ ਵੂਮੈਨ ਹੀ ਹੈ, ਜਿਵੇਂ ਰਾਧਿਕਾ ਹੋ ਗਈ, ਅੰਜੂ ਹੋ ਗਈ, ਹਰਸ਼ਿਤਾ ਹੋ ਗਈ, ਫਿਰ ਆਪਣੀ ਸ਼ਿਵਾਨੀ ਹੋ ਗਈ, ਅਤੇ ਆਪਣਾ ਅੰਤਿਮ ਅਤੇ ਮਨੀਸ਼ਾ। ਹੁਣ ਇਹ ਖਿਡਾਰੀਆਂ ਦੇ ਨਾਮ ਜੇ ਪੜ੍ਹਾਂਗੇ, ਸ਼ਿਵਾਨੀ, ਅੰਤਿਮ, ਮਨੀਸ਼ਾ, ਅੰਜੂ, ਹਰਸ਼ਿਤਾ, ਰਾਧਿਕਾ, ਇਹ ਚੀਜ਼ਾਂ ਦਿਮਾਗ 'ਚ ਬੈਠਣਗੀਆਂ। ਨਾਲੇ ਨਾ ਹੀ ਬਹੁਤ ਸਿੰਪਲ ਹੈ, ਆਪਣੇ ਘਰਾਂ ਵਾਲੇ ਨਾਮ ਆ ਯਾਰ, ਫੈਮਿਲੀ ਦੇ ਜੇ ਨਾਮ ਆ ਸਾਰੇ, ਆਪਣੀ ਅੰਜੂ ਆ ਗਈ, ਸ਼ਵੀਨਾ ਆ ਗਈ, ਆਪਾਂ ਕਹਿ ਨਹੀਂ ਦਿੰਦੇ। ਅਤੇ ਕੁੱਲ ਮਿਲਾ ਕੇ ਮਨੀਸ਼ਾ ਕਿੰਨਾ ਕੋਮਨ ਨੇਮ ਆ, ਅੰਤਿਮ। ਹੁਣ ਪੇਪਰ ਤੁਹਾਡਾ ਅੰਤ ਥੋੜ੍ਹੀ ਕਰੂਗਾ ਵੀ ਤੁਹਾਨੂੰ ਇਕੱਲਾ ਅੰਤਿਮ ਹੀ ਪੁੱਛ ਲੂਗਾ ਵੀ ਇਕੱਲਾ ਅੰਤਿਮ ਦੱਸੋ ਕਿਹੜੀ ਗੇਮ ਦਾ ਖਿਡਾਰਨ ਹੈ। ਤਾਂ ਇਕੱਠੇ ਨਾਂ ਮਿਲ ਜਾਣਗੇ ਤਾਂ ਜ਼ਰੂਰ ਛਾਂਟ ਲਿਓ, ਅਤੇ ਐਂ ਨਾ ਹੋਵੇ ਕਿਤੇ ਬੰਦੇ ਛੱਡ ਦਿਓ, ਵਿਚਾਰਾ ਆਪਣਾ ਉਦਿੱਤ ਹੈ, ਅਭਿਮਨਿਊ ਹੈ ਅਤੇ ਵਿੱਕੀ ਹੈ, ਇਹ 3 ਆਪਣੇ ਮੈਨ ਹੋ ਗਏ। ਆਹ ਪਹਿਲੇ 4 ਵਿੱਚ ਆਪਣੇ ਸਿਲਵਰ ਮੈਡਲ ਹੈ ਅਤੇ ਅਗਲੇ ਆਪਣੇ ਬਰੌਂਜ ਮੈਡਲ ਹੈ। ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚ ਆਹ ਆਪਣੇ ਟੌਪ ਦੇ ਚੋਟੀ ਦੇ ਖਿਡਾਰੀ ਵਿੱਚੋਂ ਰੱਖਿਓ ਯਾਦ। ਮੈਂ ਫਿਰ ਕਹਿ ਰਿਹਾ ਪੜ੍ਹਨੇ ਜ਼ਰੂਰ ਹੈ, ਰੱਟਾ ਆਟੋਮੈਟਿਕ ਲੱਗ ਜੂਗਾ, ਮਿਹਨਤ ਕੀਤੀ ਹੋਊਗੀ, ਪੇਪਰ 'ਚ ਆਪਸ਼ਨ ਦੇ ਕੇ ਆਰਾਮ ਨਾਲ ਛਾਂਟ ਲਓਗੇ ਵੀ ਅੰਜੂ ਮਨੀਸ਼ਾ ਆ ਗਈ, ਕਿਹੜੀ ਗੇਮ ਸੀ, ਰੈਸਲਿੰਗ, ਕਿਹੜੀ ਗੇਮ ਹੈ, ਰੈਸਲਿੰਗ। ਚਲੋ ਵੀ ਜੋਨੈਟਨ ਕ੍ਰਿਸਟੀ, ਇਹਨਾਂ ਨੇ ਬੱਚੋ ਆਹ ਟੂਰਨਾਮੈਂਟ, ਪਹਿਲੀ ਗੱਲ ਤਾਂ ਬਹੁਤ ਵੱਡਾ ਟੂਰਨਾਮੈਂਟ ਹੁੰਦਾ, ਬਟ ਆਪਣੇ ਇਹ ਸੁਰਖੀਆਂ 'ਚ ਘੱਟ ਹੀ ਰਹਿੰਦਾ ਕਿਉਂਕਿ ਬੈਡਮਿੰਟਨ 'ਚ ਵੀ ਹੁਣ ਆਪਣਾ ਡਾਊਨਫਾਲ ਜ਼ਿਆਦਾਤਰ ਦੇਖਣ ਨੂੰ ਮਿਲ ਰਿਹਾ। ਜਿਹੜਾ ਸਾਈਨਾ ਨੇਹਵਾਲ ਵਾਲਾ ਦੌਰ ਸੀਗਾ, ਉਹਦੇ ਮੈਨ ਕੈਟੇਗਰੀ, ਫੀਮੇਲ ਕੈਟੇਗਰੀ ਆਪਾਂ ਗਰਦ ਕੱਢੀ ਤੁਰੀ ਗਏ, ਫਿਰ ਗਾਹਾਂ PV ਸਿੰਧੂ ਵਰਗੇ ਆ ਗਏ, ਉਹਨਾਂ ਨੇ ਵੀ ਗਰਦ ਕੱਢੀ ਓਲੰਪਿਕ ਤੱਕ, ਹੁਣ ਥੋੜ੍ਹਾ ਜਿਹਾ ਮਤਲਬ ਹੋਇਆ, ਆਹ ਹੋਈ ਹੈ। ਤੁਸੀਂ ਐਂ ਦੇਖੋ ਵੀ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਟੂਰਨਾਮੈਂਟ ਹੋਵੇ ਅਤੇ ਆਪਣੇ ਇੰਡੀਆ ਨੂੰ ਪਤਾ ਵੀ ਨਹੀਂ ਲੱਗਿਆ, ਕਿਉਂ ਆਪਾਂ ਕੋਈ ਮੈਡਲ ਜਿੱਤੇ ਨਹੀਂ, ਜਦੋਂ ਪਤਾ ਆਪਾਂ ਕਿੱਥੋਂ ਲੱਗ ਜੂਗਾ, ਖਾਤੇ ਨਹੀਂ ਖੁੱਲਦਾ ਆਪਣਾ। ਅਤੇ ਇਸ ਵਾਰ ਬੱਚੋ ਜਿਹੜਾ ਜੋਨੈਟਨ ਕ੍ਰਿਸਟੀ ਹੈ, ਇਹਨਾਂ ਨੇ ਆਪਦੀ ਜ਼ਿੰਦਗੀ ਦਾ ਪਹਿਲਾ ਜਿੱਤ ਲਿਆ, ਫਿਰ ਉਹ ਵੀ ਗੋਲਡ ਮੈਡਲ ਜਿੱਤ ਲਿਆ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ। ਇਹ ਖਿਡਾਰੀ ਆਪਣਾ ਇੰਡੋਨੇਸ਼ੀਆ ਦਾ, ਇਸ ਨੂੰ ਪਤਾ ਹੋਣਾ ਚਾਹੀਦਾ। ਮੈਂ ਫਿਰ ਕਹਿ ਰਿਹਾ ਇਹ ਟੂਰਨਾਮੈਂਟ ਬਹੁਤ ਜ਼ਿਆਦਾ ਗ੍ਰੇਟ ਹੈ, ਲਗਭਗ 1962 ਦਾ ਟੂਰਨਾਮੈਂਟ ਹੈ, ਇਹ ਮੰਨ ਕੇ ਚੱਲੋ ਤੁਸੀਂ 1962। ਅਤੇ ਕੁੱਲ ਮਿਲਾ ਕੇ ਤੁਸੀਂ ਮੈਨ ਆਪਾਂ ਦੇਖ ਹੀ ਲਿਆ, ਜਿਹੜੇ ਇਸ ਵਾਰ ਏਸ਼ੀਅਨ ਬੈਡਮਿੰਟਨ ਚੈਂਪੀਅਨ ਬਣਿਆ ਬੱਚੋ, ਮੈਨ ਦੇ ਵਿੱਚ ਤਾਂ ਆਪਾਂ ਦੇਖ ਹੀ ਲਿਆ ਜੋਨੈਟਨ ਕ੍ਰਿਸਟੀ ਹੈ, ਇਹ ਇੰਡੋਨੇਸ਼ੀਆ ਦਾ। ਵੂਮੈਨਸ ਵਿੱਚੋਂ ਵੈਂਗ ਜ਼ੀ, ਇਹ ਚਾਈਨਾ ਦਾ, ਜਿੱਦਾਂ ਹੀ ਚਾਈਨੀ ਹੁੰਦੇ ਆ, ਇਹ ਚੀਨੀ ਹੋ ਗਏ, ਕੋਰੀਅਨ ਹੋ ਗਏ ਅਤੇ ਇੰਡੋਨੇਸ਼ੀਅਨ ਹੋ ਗਏ, ਇਹਨਾਂ ਤਿੰਨਾਂ ਨੇ ਗਰਦ ਕੱਢ ਰੱਖੀ ਹੈ। ਅਤੇ ਐਤਕਿ ਇੰਡੋਨੇਸ਼ੀਅਨ ਖਿਡਾਰੀ ਸੁੱਖਣਾ ਫਿਰ ਨਵਾਂ ਆ ਗਿਆ, ਨਵਾਂ ਖਿਡਾਰੀ ਇੰਡੋਨੇਸ਼ੀਅਨ, ਕਿਉਂਕਿ ਇਹਨਾਂ ਦਾ ਆਪਦੀ ਪਹਿਲੀ ਜਿੱਤੀ ਹੈ ਇਹ। ਹਾਂ ਟੂਰਨਾਮੈਂਟ ਕਿੱਥੇ ਹੋਇਆ ਇਹ ਵੀ ਪੁੱਛ ਸਕਦੇ ਆ, 2024 ਦਾ ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ ਬੱਚੋ, ਇਹ ਟੂਰਨਾਮੈਂਟ ਅਸੀਂ ਨਿੰਗਬੋ ਚਾਈਨਾ ਦੇ ਵਿੱਚ, ਨਿੰਗਬੋ ਚਾਈਨਾ ਦੇ ਵਿੱਚ ਓਲੰਪਿਕ ਸਪੋਰਟਸ ਸੈਂਟਰ ਬਣਿਆ ਹੋਇਆ ਉੱਥੇ ਹੋਇਆ ਸੀਗਾ। ਇਨਾਮ ਤਾਂ ਮਤਲਬ ਕੁਛ ਵੀ ਨਹੀਂ ਹੈ, ਸਾਰਾ ਜੇਤੂ ਚੈਂਪੀਅਨ ਨੂੰ ਪਤਾ ਕਿੰਨਾ ਅਵਾਰਡ ਮਿਲਦਾ, ਸਾਰਾ 4.5 ਲੱਖ ਅਮਰੀਕੀ ਡਾਲਰ ਮਿਲਦਾ, ਸੋਚ ਲਓ ਕਰ ਲਓ ਗੁਣਾ ਕਿੰਨੀ ਹੁੰਦੀ ਹੈ, ਸਾਡੇ ਐਡਾ ਵੱਡਾ ਟੂਰਨਾਮੈਂਟ ਹੈ ਇਹ।
ਸੋ ਇੰਡੋਨੇਸ਼ੀਆ ਜਿਹੜਾ ਵਿੱਚੋਂ ਪਲੇਅਰ ਹੈ, ਇਹਨਾਂ ਨੇ ਆਪਦਾ ਪਹਿਲਾ ਜਿੱਤਿਆ, ਇੰਡੋਨੇਸ਼ੀਆ ਨੇ ਬਥੇਰੇ ਜਿੱਤੇ ਹੋਏ ਹੈ, ਇਹਨਾਂ ਨੇ ਆਪਦਾ ਪਹਿਲਾ ਜਿੱਤਿਆ, ਅਤੇ ਹਰਾਇਆ ਇਹਨਾਂ ਨੇ ਚੀਨੀ ਖਿਡਾਰੀ ਨੂੰ ਲੀ ਸ਼ੀ ਨੂੰ ਹਰਾਤਾ, ਲੀ ਸ਼ੀ ਫੈਂਗ ਨੂੰ ਫੇਂਕਤਾ, ਇਹਨੇ ਲੀ ਸ਼ੀ ਫਿੰਗ ਨੂੰ ਫੇਂਕਤਾ, ਕੀ ਨੇ ਜੁਨੈਟਨ ਕ੍ਰਿਸਟੀ ਨੇ, ਅਤੇ ਵੂਮੈਨਸ ਕਿਹਨੇ ਜਿੱਤਿਆ, ਵੈਂਗ ਜ਼ੀ। ਸੋ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵੀ ਦੇਖ ਲਈ ਆਪਾਂ, ਉਹ 'ਚ ਇੰਡੀਆ 9 ਮੈਡਲ ਜਿੱਤ ਕੇ ਲਿਆਇਆ, ਨਾਲ ਦੀ ਨਾਲ ਆਪਾਂ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਦੇਖੀ ਹੈ, ਇਹ 'ਚ ਆਪਣੇ ਮੁਲਕ ਦਾ ਖਾਤਾ ਵੀ ਨਹੀਂ ਖੁੱਲਿਆ। ਸੋ ਕਿਤੇ ਨਾ ਕਿਤੇ ਗੇਮਾਂ ਦੇ ਵਿੱਚ ਬਾਹਲਾ ਵੱਡਾ ਅੰਤਰ ਹੈ। ਬੈਟ ਬੱਲੇ 'ਚ ਤਾਂ ਪਰ ਕਹਿਣੀ ਕੀ ਹੈ, ਉਹ ਸੌਖਣਾ ਪਰਸੋਂ ਆਪਾਂ ਅੱਗੇ ਦੇਖਾਂਗੇ, ਹੁਣ ਨਹੀਂ ਆਪਾਂ ਸਾਲ ਲੋਟ ਆਉਂਦੇ। ਲੈ ਬਈ ਕੈਰਮ ਬੋਰਡ ਖੇਡਦੇ ਜੈਂਕੇ ਮਰਦ ਖੇਡਦਾ ਖਤਰਿਆਂ ਨਾਲ, ਬਟ ਇਹ ਗੱਲ ਮੰਨਣ ਵਾਲੀ ਹੈ, ਕੈਰਮ ਬੋਰਡ ਆਪਣੇ ਬਚਪਨ ਦੀ ਸਭ ਤੋਂ ਜ਼ਿਆਦਾ ਆਪਾਂ ਕਹਿ ਲਓ ਡਰੀਮ ਗੇਮ ਹੈ, ਇਹ ਜਾਂ ਕਹਿ ਲਓ ਵੀ ਸੁਪਨਾ ਹੁੰਦਾ ਸੀ ਬਚਪਨ ਦੇ ਵਿੱਚ ਵੀ ਮੈਂ ਘਰੇ ਆਪਦਾ ਕੈਰਮ ਬੋਰਡ ਲੈ ਕੇ ਆਉਣਾ, ਆੜੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ? ਸੱਚ ਦੱਸਿਓ, ਝੂਠ ਬੋਲਣ ਦੀ ਲੋੜ ਨਹੀਂ, ਹਰੇਕ ਬੰਦੇ ਨੇ ਘਰੇ ਵਰਤਿਆ ਹੋਇਆ ਜਾਂ ਚਾਰ ਪੰਜ ਦੋਸਤਾਂ ਨੂੰ ਰਲ ਕੇ ਵਰਤਿਆ ਹੋਇਆ, ਪਰ ਠੁੰਗਾਂ ਸਭ ਨੇ ਮਾਰੀਆਂ ਪਈਆਂ, ਅਤੇ ਨੈਸ਼ਨਲ ਵੂਮੈਨਸ ਕੈਰਮ ਟਾਈਟਲ ਵਿੱਚੋਂ 12ਵੀਂ ਵਾਰ ਮੈਂ ਕਹਿੰਦਾ ਵਰਲਡ ਚੈਂਪੀਅਨ ਆ ਯਾਰ ਉਹ। ਇਹ ਸਿੱਧਾ ਪੁੱਛ ਸਕਦੇ ਹੈ ਵੀ ਦੱਸੋ ਰਸ਼ਮੀ ਕੁਮਾਰੀ ਕਿਹੜੀ ਗੇਮ ਦੀ ਖਿਡਾਰਨ ਹੈ, ਤਾਂ ਆਪਾਂ ਟਿੱਕ ਲਾਵਾਂਗੇ ਕੈਰਮ ਦੀ ਹੈ ਬੱਚਿਓ, ਆਂਸਰ ਆ ਗਿਆ ਏ, ਕਮਾਲ ਮੰਨੋਗੇ। ਨਾਲੇ ਐਂ ਨਹੀਂ ਵੀ ਇਕੱਲੀ ਇਹਨਾਂ ਨੇ ਗੇਮ ਹੀ ਲਾਉਣੀ ਹੈ ਵੀ ਇਕੱਲਾ ਬਸ ਵਰਲਡ ਚੈਂਪੀਅਨ ਹੈ, ਬਾਰੀ ਵਾਰ ਨੈਸ਼ਨਲ ਹੈ। ਇਹ ਜਿਹੜਾ ਆਪਣੀ ਕੰਪਨੀ ਹੈ ONGC ਓਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ, ਇਹ ਉਹਦੇ ਵਿੱਚ ਮੈਨੇਜਰ ਦੀ ਪੋਸਟ 'ਤੇ ਹੈ। ਆਹ ਦੇਖੋ ਰਸ਼ਮੀ ਇੰਪਲੋਇਡ ਐਸ ਚੀਫ ਮੈਨੇਜਰ ਐਟ ONGC, ਅਤੇ ਇਹਨਾਂ ਨੇ ਗਰਦ ਕੱਢ ਰੱਖੀ ਹੈ, ਐਵੇਂ ਨਾ ਜਾਣਿਓ। ਨਾਲੇ 3 ਵਾਰ ਵਰਲਡ ਚੈਂਪੀਅਨ ਹੈ, 12 ਵਾਰ ਇਹ ਆ ਬਣੀ ਹੈ, ਗੇਮਾਂ ਜਿੱਤੀਆਂ, ਆ ਕਿਹਨੂੰ ਹਰਾਇਆ ਹੁਰਾਇਆ, ਇਹ 'ਚ ਬਾਹਲਾ ਮੱਥਾ ਨਾ ਮਾਰਿਓ, ਇਹ ਪੁਆਇੰਟ ਛੱਡ ਦਊ ਚੱਕਰ ਵਾਲੀ ਗੱਲ ਹੀ। ਅਤੇ ਟੂਰਨਾਮੈਂਟ ਦੀ ਜੇ ਆਪਾਂ ਗੱਲ ਕਰੀਏ ਨਾ, ਹੈ ਤਾਂ ਨੈਸ਼ਨਲ ਲੈਵਲ ਦਾ, ਬਟ ਬੱਚੇ ਨੂੰ ਆਰਗਨਾਈਜ਼ ਕੌਣ ਕਰਦਾ ਹੈ? ਮੱਧਿਆ ਪ੍ਰਦੇਸ਼ ਕੈਰਮ ਐਸੋਸੀਏਸ਼ਨ। ਇਹ ਤਾਂ ਹੋ ਗਈ ਫੀਮੇਲ ਦੀ ਗੱਲ, ਬੰਦਿਆਂ ਦੇ ਵਿੱਚ ਬੱਚੋ ਟੂਰਨਾਮੈਂਟ ਜਿੱਤਿਆ ਕੇ ਸ਼੍ਰੀਨਿਵਾਸ ਸਾਹਿਬ ਨੇ, ਇਹਨਾਂ ਦਾ ਵੀ ਟਾਈਟਲ ਇਹ 4th ਨੰਬਰ ਵਾਲਾ। ਸੋ ਦੋਨੇ ਖਾਸ ਕਰਕੇ ਆਪਾਂ ਦੇਖੀਏ ਤਾਂ ਚੈਂਪੀਅਨ ਖਿਡਾਰੀ ਇਸ ਵਾਰ ਨੈਸ਼ਨਲ ਕੈਰਮ ਚੈਂਪੀਅਨ ਬਣ ਗਈ, ਸਮਝ ਗਏ ਮੇਰੀ ਗੱਲ? ਸੋ ਰਸ਼ਮੀ ਕੁਮਾਰੀ ਯਾਦ ਰੱਖਿਓ, ਅੰਜੂ ਮਨੀਸ਼ਾ ਵਰਗੀਆਂ ਵੀ ਯਾਦ ਰੱਖਣੀਆਂ ਆਪਾਂ ਬੱਚੋ, ਉਹ ਰੈਸਲਿੰਗ ਦੇ ਵਿੱਚ ਹੈ। ਜੁਨੈਟਨ ਕ੍ਰਿਸਟੀ ਆਪਾਂ ਦੇਖਿਆ ਚਿੜੀ ਬੱਲੇ ਵਾਲਾ, ਇੰਡੋਨੇਸ਼ੀਆ ਦਾ ਖਿਡਾਰੀ ਹੈ, ਅਤੇ ਬੈਡਮਿੰਟਨ ਚੈਂਪੀਅਨ ਬਣ ਗਿਆ ਏਸ਼ੀਆ ਦਾ। ਅਤੇ ਰੈਸਲਿੰਗ ਫੈਡਰੇਸ਼ਨ ਆਪਣੀਆਂ ਗੇਮਾਂ ਦੀ ਗੱਲ ਕਰੀਏ ਏਸ਼ੀਅਨ ਵਾਲੀਆਂ, ਉਹ ਕਿਰਗਿਜ਼ਸਤਾਨ ਦੇ ਵਿੱਚ ਹੋਈਆਂ ਸੀ। ਬਿਲ ਕਸ਼ਮੀਰ ਵਿੱਚ ਆਪਣੇ ਜੂਰੀ ਮੈਂਬਰ ਐਡ ਕਰ ਲਈ ਗਈ ਹੈ ਓਲੰਪਿਕਸ ਦੇ ਵਿੱਚ, ਓਲੰਪਿਕਸ ਦੀ ਕਲਾਸ ਆਪਾਂ ਵੱਖਰੀ ਵੀ ਰੱਖਾਂਗੇ ਆਪਾਂ, ਠੀਕ ਹੈ? ਚਲੋ, ਕਹਿੰਦੇ ਹਿੰਦੁਸਤਾਨ ਦਾ ਕਿਹੜਾ ਸਟੇਡੀਅਮ ਬਣ ਗਿਆ ਬਈ ਓਏ, ਬੈਟ ਬੱਲੇ ਦੀ ਗੱਲ ਹੀ ਕਰੀ ਜਾਂਦੇ ਆਪਾਂ, ਜਿਹੜਾ ਕਹਿੰਦੇ ਹਾਈਬ੍ਰਿਡ ਪਿੱਚ ਵਰਤੂਗਾ, ਜਾਂ ਇਹਨੂੰ ਪਿਓਰ ਪੰਜਾਬੀ 'ਚ ਕਹਿਣਾ ਹੋਵੇ, ਹੁਣ ਬਸ ਉਹ ਜ਼ਮਾਨਾ ਸ਼ੁਰੂ ਹੋਣ ਜਾ ਰਿਹਾ ਹੈ ਜਦੋਂ ਆਪਾਂ ਫੁੱਟਬਾਲ ਵਾਲਿਆਂ ਵਾਂਗੂ, ਰਗਬੀ ਵਾਲਿਆਂ ਵਾਂਗੂ, ਆਪਾਂ ਕ੍ਰਿਕਟ ਵਾਲੇ ਵੀ ਕੀ ਹੈ ਬਣੀ ਬਣਾਈ ਪਿੱਚ ਲਿਆ ਕੇ ਧਰ ਦਿਆ ਕਰਾਂਗੇ, ਜਿਹੜੇ ਇੰਨੇ ਸੋਹਣੇ ਸੋਹਣੇ ਤੁਸੀਂ ਘਾਹ ਦੇਖਦੇ ਹੁੰਦੇ ਨਾ ਫੁੱਟਬਾਲ ਵਾਲਿਆਂ ਦੇ, ਐਂ ਪੂਰੇ ਦਰਖਤ ਬਣਾਏ ਪਏ ਹੁੰਦੇ, ਸ਼ੇਪਾਂ ਬਣਾਈਆਂ ਪਈਆਂ ਹੁੰਦੀਆਂ, ਉਹ ਸਾਰਾ ਹਾਈਬ੍ਰਿਡ ਗਰਾਊਂਡ ਹੀ ਹੁੰਦਾ ਉਹ ਸਾਰਾ SIS ਗਰਾਸ ਹੁੰਦਾ, ਸਿਸ ਗਰਾਸ ਕਹਿੰਦੇ ਆ, ਉਹ ਨੀਦਰਲੈਂਡ ਦੀ ਕੰਪਨੀ ਆ, ਉਹਨੇ ਗਰਦ ਕੱਢੀ, ਦੁਨੀਆ ਹਲਾਈ ਪਈ ਉਹਨਾਂ ਨੇ। ਜਿਹੜਾ 2022 ਦੇ ਵਿੱਚ ਕਤਰ ਦਾ ਵਰਲਡ ਕੱਪ ਹੋਇਆ ਸੀ ਫੁੱਟਬਾਲ ਦਾ, ਉੱਥੇ ਵੀ ਇਹੀ ਪਿੱਚਾਂ ਵਰਤੀਆਂ ਗਈਆਂ ਸੀਗੀਆਂ, ਸਿਸ ਗਰਾਸ ਕਹਿੰਦੇ, ਸਿਸ ਗਰਾਸ। ਅਤੇ ਇਹ ਕ੍ਰਿਕਟ ਦੇ ਵਿੱਚ ਵੀ ਹੁਣ ਫਾਈਨਲੀ ਆਪਾਂ ਪਹਿਲੀ ਵਾਰ ਬੱਚਿਓ ਵਰਤਣ ਜਾ ਰਹੇ ਹਾਂ
ਲਓ ਵੀ ਕਿਹੜੇ ਸਟੇਡੀਅਮ ਦੇ ਵਿੱਚ ਹੋ ਗਈ ਹਾਈਬ੍ਰਿਡ ਪਿੱਚ। ਆ ਵਾਨਖੇੜੇ ਉਹੀ ਹੈ ਜਿੱਥੇ ਹੁਣੀ ਜਸ਼ਨ ਬਣ ਕੇ ਹਟਿਆ, ਇੰਡੀਆ ਦਾ ਧਮਾਕੇਦਾਰ ਜਸ਼ਨ ਬਣਿਆ ਬੱਚੋ। ਕਹਿੰਦੇ ਟਰੋਫੀ ਫਾਈਨਲੀ ਘਰੇ ਪਹੁੰਚ ਗਈ ਹੈ, ਹਿਮਾਚਲ ਪ੍ਰਦੇਸ਼ ਇੱਥੇ ਸਹੀ ਜਵਾਬ ਹੈ। ਇੰਡੀਆ ਦਾ ਸਭ ਤੋਂ ਖੂਬਸੂਰਤ ਸਟੇਡੀਅਮ ਬੱਚਿਓ ਧਰਮਸ਼ਾਲਾ ਲਿਖੀ ਹੋਊਗਾ, ਧਰਮਸ਼ਾਲਾ। ਆ ਦੇਖੋ, ਧਰਮਸ਼ਾਲਾ ਟੂ ਗੈਟ ਇੰਡੀਆ ਫਸਟ ਹਾਈਬ੍ਰਿਡ ਪਿੱਚ। ਪਿਕਚਰਾਈਜ਼, ਮਤਲਬ ਮੈਂ ਕਹਿੰਦਾ ਇੱਥੇ ਜਾ ਕੇ ਪਹਿਲਾਂ ਤਾਂ ਕਮੈਂਟੇਟਰ ਹੋ ਗਏ, ਖਿਡਾਰੀ ਹੋ ਗਏ, ਫੋਟੋਆਂ ਹੀ ਲਈ ਜਾਂਦੇ ਆ ਵੀ ਕਿੱਥੇ ਆ ਗਏ ਹੋ ਗਏ ਖੇਡਣ। ਬਸ ਹੁਣ ਤਾਂ ਖੇਡਣਾ ਖੁੱਡਣਾ ਕਿਹੜਾ, ਫੋਟੋਆਂ ਕਰੋ ਤੁਸੀਂ, ਸਨੈਪਚੈਟਾਂ ਪਾਵਾਂਗੇ। ਇਹ ਹਿਮਾਚਲ ਪ੍ਰਦੇਸ਼ ਦਾ ਨਾ ਸੋਹਣਾ ਸਟੇਡੀਅਮ ਹੈ ਤੇ ਪਹਿਲਾ ਹਾਈਬ੍ਰਿਡ ਪਿੱਚ ਵਾਲਾ ਹੈ। ਹਾਂ, ਇਹ ਨੀਦਰਲੈਂਡ ਬੇਸਡ ਬੱਚੋ, SIS ਗਰਾਸ, ਮਤਲਬ ਇਹ ਪਾਰਟ ਆ ਉਹਨਾਂ ਦਾ। ਇਹ ਕੰਪ ਇਹ ਆ ਗਰਾਸ ਬਚਦਾ ਉਹ ਜਿਹੜਾ ਆਪਾਂ ਵਰਤਦੇ ਹੁੰਦੇ ਹਾਂ ਫੁੱਟਬਾਲ ਗਰਾਊਂਡਸ ਦੇ ਵਿੱਚ, ਜਾਂ ਕਹਿ ਲਓ ਆਪਾਂ ਰਗਬੀ ਵਾਲੇ ਗਰਾਊਂਡ ਦੇ ਵਿੱਚ ਹੀ ਵਰਤਦੇ ਹੁੰਦੇ ਹਾਂ। ਅਤੇ ਬੁਰੀ ਤਕੜੀ ਕਹਿੰਦਾ ਟੈਕਨੋਲੋਜੀ ਵਾਲੀ ਸਰਾ ਲੱਗਿਆ ਪਿਆ ਵੀ ਨੈਚੁਰਲ ਟਰਫ ਲੱਗਦੀ ਹੈ, ਜਮਾਂ ਸਹੀ ਗੱਲ, ਨੈਚੁਰਲ ਟਰਫ ਹੀ ਹੁੰਦੀ ਹੈ, 5% ਪੋਲੀਮਰ ਫਾਈਬਰ ਹੁੰਦਾ। ਅਤੇ ਕੁੱਲ ਮਿਲਾ ਕੇ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ T20 ਅਤੇ 50 ਓਵਰ ਮੈਚਾਂ 'ਚ ਇਹਨੂੰ ਵਰਤਣ ਦੀ ਗੱਲ ਕੀਤੀ ਜਾ ਰਹੀ ਹੈ। ਆਹ ਪੈਰੀਗ੍ਰਾਫ ਨੂੰ ਪਤਾ ਹੀ ਹੈ, ਟੈਕਨੋਲੋਜੀ ਜ਼ਬਰਦਸਤ ਹੈ, ਸੋ ਚੰਗੀ ਡਿਊਰੇਬਿਲਿਟੀ ਹੋਊਗੀ, ਜਾਂ ਕਹਿ ਲਓ ਕੰਸਿਸਟੈਂਟ ਬਾਊਂਸਰ ਹੋਊਗਾ। ਵੈਸੇ ਗੱਲ ਜੀ ਬਣਦੀ ਨਾ, ਨੈਚੁਰਲ ਪਿੱਚ ਨੈਚੁਰਲ ਪਿੱਚ ਹੀ ਹੁੰਦੀ ਹੈ। ਇਹ ਕਹਿੰਦੇ ਮਤਲਬ ਬੰਦਾ ਖਿਡਾਰੀ ਬੈਟ ਬਾਲ ਵਾਲਾ ਐਂ ਬਹਾਨਾ ਨਹੀਂ ਮਾਰ ਸਕਦਾ, ਉਹ ਯਾਰ ਮੈਂ ਤਾਂ ਆਊਟ ਹੋ ਗਿਆ, ਬਾਲ ਜੀ ਨੀਵੀਂ ਰਹਿ ਗਈ ਯਾਰ, ਬਾਲ ਬਾਹਲੀ ਬੁੜਕ ਗਈ ਇੱਥੇ ਵੱਜੀ ਮੇਰੇ, ਉਹ ਐਂ ਕਰਦਾ ਰਹਿ ਗਿਆ ਬੰਦਾ, ਉਹ ਬਾਲ ਕੈਚ ਕਰ ਲਈ। ਵੀ ਕਹਿੰਦੇ ਬਾਊਂਸ ਵੀ ਕੰਸਿਸਟੈਂਟ ਰਿਹਾ ਕਰੂਗਾ। ਤੋ ਇਹ ਚੀਜ਼ਾਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ, ਹਜੇ ਸ਼ੁਰੂ ਕਰਨਾ ਆਪਾਂ ਵੀ ਚੀਜ਼ ਕਾਮਯਾਬ ਹੁੰਦੀ ਹੈ ਜਾਂ ਨਹੀਂ, ਬਟ ਸਵਾਲ ਆਪਣੇ ਵਾਸਤੇ ਜ਼ਰੂਰ ਬਣ ਗਿਆ। ਅਗਲਾ ਸਵਾਲ ਉਦੋਂ ਚੋਟੀ ਦਾ, ਤੁਸੀਂ ਦੇਖੋ ਵੀ ਕੋਈ ਵੀ ਕੁਐਸਚਨ ਇਰਰੈਲੀਵੈਂਟ ਨਹੀਂ ਹੈਗਾ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ, ਬਹੁਤ ਬੱਚੇ ਪਿਕ ਐਂਡ ਚੂਸ ਦੀ ਥਿਊਰੀ ਅਪਣਾਉਂਦੇ ਆ ਪੜ੍ਹਨ ਦੇ ਟਾਈਮ ਤੇ, ਵੀ ਇੱਕ ਪੜ੍ਹ ਲਿਆ ਕੋਈ ਸ਼ਰਤਾਂ ਵੀ ਘੱਟ ਇੰਪੋਰਟੈਂਟ ਹੈ, ਇਹ ਪਰਸਨਲ ਦਿਮਾਗ ਲਾਉਣਾ ਬੰਦ ਕਰ ਦਿਓ ਜੇ ਪੇਪਰ ਦੇਣੇ ਆ ਤਾਂ। ਕਹਿੰਦੇ ਹੂ ਹੈਜ਼ ਬਿਕਮ ਦੀ ਫਸਟ ਇੰਗਲਿਸ਼ ਵੂਮੈਨ ਕ੍ਰਿਕਟਰ ਖਿਡਾਰਨਾ ਬੱਚੋ, ਜਿਹਨੂੰ ਇਸ ਵਾਰ ਕੀ ਮਿਲਿਆ, ਲੀਡਿੰਗ ਕ੍ਰਿਕਟਰ ਇਨ ਦਾ ਵਰਲਡ, ਵਿਜ਼ਡਨ। ਵਿਜ਼ਡਨ ਤੁਹਾਨੂੰ ਪਤਾ ਹੀ ਹੈ ਬੱਚੋ, ਵਿਜ਼ਡਨ ਵਾਲੇ ਆਏ ਸਾਲ ਮੇਲ ਤੇ ਫੀਮੇਲ ਦੇ ਵਿੱਚ ਕ੍ਰਿਕਟਰ ਆਫ ਦ ਈਅਰ ਚੁਣਦੇ ਹੁੰਦੇ ਆ। ਵਿਜ਼ਡਨ ਬਹੁਤ ਤਕੜਾ ਮੈਗਜ਼ੀਨ ਹੈ, ਜਾਂ ਕਹਿ ਲਓ ਵਿਜ਼ਡਨ ਉਹ ਮੈਗਜ਼ੀਨ ਹੈ ਜਿਹਨੂੰ ਬਾਈਬਲ ਆਫ ਦਾ ਕ੍ਰਿਕਟ ਕਿਹਾ ਜਾਂਦਾ ਹੈ, ਬਾਈਬਲ ਆਫ ਦਾ ਕ੍ਰਿਕਟ। ਸੋ ਉਹਨਾਂ ਦੁਆਰਾ ਪਹਿਲੀ ਵਾਰ ਕਿਸੇ ਇੰਡੀਆ ਇੰਗਲੈਂਡ ਦੀ ਖਿਡਾਰ ਨੂੰ ਮਿਲਿਆ। ਵੈਸੇ ਇੰਡੀਅਨ ਨੂੰ ਮਿਲ ਚੁੱਕਿਆ ਹੈ, ਮਿਥਾਲੀ ਰਾਜ ਨੂੰ ਮਿਲ ਚੁੱਕਿਆ, ਸਮ੍ਰਿਤੀ ਮੰਦਾਨਾ ਨੂੰ ਵੀ ਮਿਲ ਚੁੱਕਿਆ, ਬੰਦਿਆਂ 'ਚ ਆਪਣੇ ਕੋਹਲੀ ਵਰਗਿਆਂ ਨੂੰ ਮਿਲ ਚੁੱਕਿਆ। ਕੋਹਲੀ ਦਾ ਰਿਕਾਰਡ ਕਰਤਾ ਸੀ ਕੈਮ, ਲਗਾਤਾਰ 3 ਸਾਲ ਜਿੱਦਾਂ ਰਿਹਾ ਵੈਸਟਰਨ ਕ੍ਰਿਕਟਰ ਆਫ ਦੀ ਈਅਰ। ਤੇ ਇਸ ਵਾਰ ਬੱਚੜੀ ਇੰਗਲੈਂਡ ਦੀ ਖਿਡਾਰਨਾ ਹੈ ਨੈਟ ਸ਼ਿਵਰ ਬਰੰਟ, ਇਹਨੂੰ ਮਿਲਿਆ ਬੱਚੋ ਵੂਮੈਨਸ ਦੇ ਵਿੱਚ ਵੈਸਟਰਨ ਕ੍ਰਿਕਟਰ ਆਫ ਦਾ ਈਅਰ। ਤੇ ਇਹ ਇੰਗਲੈਂਡ ਦੀ ਪਹਿਲੀ ਖਿਡਾਰਨ ਬਣੀ ਹੈ, ਇੰਗਲੈਂਡ ਦੀ, ਇਹ ਗੱਲ ਯਾਦ ਰੱਖਣਾ, ਬਹੁਤ ਵੱਡੀ ਗੱਲ ਹੈ। ਤੇ ਬੰਦਿਆਂ 'ਚ ਤਾਂ ਫਿਰ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਬੰਦਿਆਂ 'ਚ ਕਿਹਨੂੰ ਦੇਣਗੇ, ਉਹ ਤਾਂ ਇੰਡੀਆ 'ਚ ਵੈਸੇ ਹੀ ਬਹੁਤ ਮਸ਼ਹੂਰ ਹੈ। ਅਹਿਮਦਾਬਾਦ ਵਿੱਚ ਜਦੋਂ ਆਪਾਂ ਨੂੰ ਆਸਟ੍ਰੇਲੀਆ ਵਾਲੇ ਵਰਲਡ ਕੱਪ ਹਰਾ ਕੇ ਗਏ ਹੈ, ਆਸਟ੍ਰੇਲੀਆ ਦਾ ਜਿਹੜਾ ਬੱਚੋ ਕਪਤਾਨ ਹੈ ਕੌਣ, ਪੈਟ ਕਮਿੰਸ, ਇਹ ਆਸਟ੍ਰੇਲੀਅਨ ਦਾ ਪੇਸ ਦਾ ਸਪੀਅਰ ਹੈੱਡ ਹੈ, ਉਹਨਾਂ ਦਾ ਕਪਤਾਨ ਹੈ ਟੈਸਟ ਦੇ ਵਿੱਚ ODI 2020 'ਚ ਕਪਤਾਨ ਨਹੀਂ, ਉਹੀ ਐਤ ਕੀ ਹਾਰ ਗਏ ਵਾਸਤੇ। ਤੋ ਇਹ ਦੋਨੇ ਜਿੱਤ ਗਏ ਟੈਸਟ ਵਿੱਚ ਹੀ, ਵਰਲਡ ਚੈਂਪੀਅਨਸ਼ਿਪ ਬਣ ਗਿਆ ਦੇਖੋ, ਅਤੇ ਆਪਣੇ ODI ਵਿੱਚ ਵੀ ਇਹ ਵਰਲਡ ਕੱਪ ਚੈਂਪੀਅਨ ਬਣ ਗਏ। ਅਤੇ ਨੈਟ ਸੀਵਰ ਬਰੰਟ ਆਪਾਂ ਦੇਖ ਹੀ ਲਿਆ, ਇਹ ਵੀ ਮਤਲਬ ਇਸ ਵਾਰ ਇਹ ਫੀਮੇਲ ਦੇ ਵਿੱਚ ਹੈ। ਪੈਟ ਕਮਿੰਸ ਕਿੱਥੇ ਆ ਓਏ, ਉਹ ਕਮਲੋ ਬੰਦੇ, ਉਹ ਪੈਟ ਕਮਿੰਸ ਤਾਂ ਲਿਖੇ ਨਹੀਂ ਕਿਤੇ, ਪੈਟ ਕਮਿੰਸ ਦਾ ਆਸਟ੍ਰੇਲੀਅਨ ਪੇਸ ਸਪੀਅਰ ਹੈੱਡ ਐਂਡ ਸਕਿੱਪਰ ਇਨ ਟੈਸਟਸ।
ਐਂਡ ODI ਫਾਰਮੈਟ ਲੈਡ ਹਿਸ ਸਾਈਡ ਟੂ ਐਸ ਦੇ ਓਵਰਕਮ। ਹਾਂ ਕਿਤੇ ਲਿਖਿਆ ਨਹੀਂ ਗਾ ਇਹ ਸਾਡੇ ਬੰਦੇ, ਦੇਖਿਓ ਇਹ ਸਾਡੇ ਚੈਂਪੀਅਨ ਹੈ, ਇਹ PDF ਸਾਡੇ ਚੈਂਪੀਅਨਸ ਨੇ ਬਣਾਈ ਹੈ, ਪੈਟ ਕਮਿੰਸ ਤੱਕ ਦੇ ਲਿਖੇ ਨਹੀਂ, ਇਹ ਪੈਟ ਕਮਿੰਸ ਹੈ ਤੇ ਨੈਟ ਸੀਵਰ ਬ੍ਰੰਟ ਹੈ। ਸ਼ੁਕਰ ਵਾਹ ਪੜ੍ਹ ਲਿਆ ਮੈਂ ਟਪਾਣਾ ਦਿੱਤਾ। ਸੋ ਵਿਜ਼ਡਨ ਲੀਡਿੰਗ ਕ੍ਰਿਕਟਰ ਬੱਚੋ, ਇਹ ਐਨੂਅਲ ਕ੍ਰਿਕਟ ਅਵਾਰਡ ਹੁੰਦਾ ਹੈ, ਵਿਜ਼ਡਨ ਕ੍ਰਿਕਟ ਅਲਮਨੈਕ ਵਾਲੇ ਦਿੰਦੇ ਹੈ। ਬੜੀ ਸਿੰਪਲ ਜੀ ਗੱਲ ਹੈ ਯਾਰ, ਕਿਉਂ ਜੀ ਹਨ, ਪਰਫਾਰਮੈਂਸ ਦੇ ਬਿਹਾਫ 'ਤੇ ਇਹ ਅਵਾਰਡ ਮਿਲਦੇ ਹੁੰਦੇ ਹੈ। ਸਮਝ ਗਏ ਮੇਰੀ ਗੱਲ? ਆਹ ਵੀ ਬੰਦੇ ਨੇ ਕਮਾਲ ਕਰਤੀ ਬਈ, ਓਏ ਮਾਈਕੋਲਾਸ ਅਲੈਕਨਾ, ਗਰਦ ਕੱਢਤੀ ਬੰਦੇ ਨੇ। ਇਹਨੇ ਬਹੁਤ ਪੁਰਾਣਾ ਲੰਬਾ ਰਿਕਾਰਡ ਬੱਚੋ ਡਿਸਕ ਥਰੋ ਦੇ ਵਿੱਚ ਤੋੜਤਾ, 30-40 ਸਾਲਾਂ ਦਾ ਰਿਕਾਰਡ ਤੋੜਤਾ ਬੰਦੇ ਨੇ। ਡਿਸਕ ਹੁੰਦੀ ਹੈ ਇੱਕ ਤਾਂ ਆਪਾਂ ਸਕੂਲ ਟਾਈਮ ਦੇਖਿਆ ਹੋਊਗਾ, ਕਾਲਜ ਟਾਈਮ ਦੇਖਿਆ ਹੋਊਗਾ, ਇੱਕ ਤਾਂ ਹੁੰਦਾ ਗੋਲੇ, ਇੱਕ ਹੁੰਦਾ ਹੈਮਰ ਥਰੋ, ਇੱਕ ਹੁੰਦਾ ਡਿਸਕ। ਉਹ ਡਿਸਕ ਜੀ ਬਣੀ ਹੁੰਦੀ ਹੈ, ਬਹੁਤ ਭਾਰੀ ਹੁੰਦੀ ਹੈ, ਮਾਰੀ ਚਲਾ ਕੇ ਮਾਈਕੋਲਾਸ ਨੇ ਅਲਕਣਾ ਨੇ। ਇਹ ਖਿਡਾਰੀ ਬੱਚੋ ਕਿੱਥੋਂ ਦਾ? ਲਿਦੁਆਨੀਆ। ਕਿੱਥੋਂ ਖਿਡਾਰੀ ਬੱਚੋ? ਲਿਦੁਆਨੀਆ। ਅਤੇ ਲੌਂਗੈਸਟ ਸਟੈਂਡਿੰਗ ਮੈਨਸ ਵਰਲਡ ਰਿਕਾਰਡ ਇਹਨਾਂ ਨੇ ਤੋੜਤਾ, ਤੁਹਾਨੂੰ ਦੱਸ ਦੇਣਾ ਖੜ੍ਹ ਜਾਓ ਮੈਂ ਕਿੱਥੋਂ ਦਾ, ਪਹਿਲਾਂ ਯਾਦ ਰੱਖੇ ਹੋਏ, ਠੀਕ ਹੈ ਨਾ। ਹੁਣ ਮੈਂ ਵੀ ਧਿਆਨ ਨਾਲ ਪੜ੍ਹ ਲਾ, ਮੈਨੂੰ ਡਰਜਣ ਲੱਗੀ ਜਾਂਦਾ ਕਿਤੇ ਇੱਥੇ ਨਾ ਕੋਈ ਪੁਆਇੰਟ ਛੱਡਣ ਦਿੱਤਾ ਹੋਵੇ। ਹਾਂ ਇਹ ਬੱਚੋ ਕਿੱਥੇ ਤੋੜਿਆ ਰਿਕਾਰਡ? ਓਕਲਾਹੋਮਾ ਥਰੂ ਸੀਰੀਜ਼ ਰੈਮੋਨਾ ਅਮੈਰੀਕਾ ਦੇ ਵਿੱਚ। ਅਤੇ ਆ ਪਈ ਹੈ ਦੂਰੀ, 74.35 meters ਦੂਰ ਡਿਸਕ ਥਰੋ ਕੀਤਾ ਬੱਚੋ ਇਹਨਾਂ ਨੇ। ਹਾਂ ਇਹ ਰਿਕਾਰਡ ਤੋੜਿਆ ਕਿਹਦਾ? ਪਹਿਲਾਂ ਬੱਚੋ ਜਰਮਨ ਥਰੋਅਰ ਸੀ ਜਰਗਨ ਸ਼ੁਲਟ, 1986 ਦਾ ਰਿਕਾਰਡ ਸੀਗਾ 74.08 meters ਦਾ, 38 ਸਾਲਾਂ ਦਾ ਫਿਰ ਇਹਨਾਂ ਨੇ ਰਿਕਾਰਡ ਤੋੜਿਆ ਬੱਚੋ। ਸੋ ਰਿਕਾਰਡ ਤੋੜ ਪੁਆਇੰਟ ਆਪਾਂ ਯਾਦ ਕਰਨਾ, ਸਾਰੇ ਪੁਆਇੰਟ ਹੀ ਆਪਣੇ ਪੇਪਰਾਂ ਵਾਸਤੇ ਰਿਕਾਰਡ ਤੋੜਿਆ। ਜੇ ਤੁਸੀਂ ਪੇਪਰਾਂ 'ਚ ਰਿਕਾਰਡ ਤੋੜਨਾ ਵੀ ਸਪੋਰਟਸ ਦੇ ਕੁਸਚਨ 'ਚ ਨਹੀਂ ਮਾਰ ਖਾਣੀ, ਬਸ ਪੋਲਿਟੀ ਬੇਸ਼ੱਕਦੀ ਰਹਿ ਜੇ, ਸਪੋਰਟਸ ਦਾ ਕੁਸਚਨ ਨਾ ਰਹੇ ਬਸ। ਸੋ ਇਸ ਤਰੀਕੇ ਨਾਲ ਆਪਾਂ ਇਹ ਕਵਰ ਕਰਦੇ। ਬਹੁਤ ਸ਼ੋਰਟ ਕਲਾਸਾਂ ਹੁੰਦੀਆਂ, ਬਹੁਤ ਸ਼ੋਰਟ ਬਣਦਾ, 25 minutes ਦੀ ਕਲਾਸ, ਜਿਹਦੀ ਤੁਹਾਡਾ ਟਾਈਮ ਮਤਲਬ ਕੀ ਹੈ ਪ੍ਰੋਪਰ ਤਰੀਕੇ ਨਾਲ ਯੂਟੀਲਾਈਜ਼ ਹੋ ਰਿਹਾ, ਪ੍ਰੋਪਰ ਸਾਰੇ ਪੁਆਇੰਟ ਡਿਸਕਸ ਹੋ ਜਾਂਦੇ ਹੈ, ਤਾਂ ਇਹ ਚੀਜ਼ਾਂ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੈ। ਕਈ ਵਾਰ ਤੁਸੀਂ ਦੋ ਦੋ ਘੰਟੇ 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 ਕਲਾਸਾਂ ਲਾ ਲੈਂਦੇ ਹੁੰਦੇ ਹੋ, ਉਹਦੀ ਵੀ ਉਨੀ ਆਊਟਪੁੱਟ ਨਹੀਂ ਹੁੰਦੀ ਜਿੰਨੀ ਇਸ 25-30 minutes ਦੀ ਕਲਾਸ ਦੀ ਹੁੰਦੀ ਹੈ। ਅਤੇ ਸਭ ਤੋਂ ਵੱਡੀ ਗੱਲ ਬਾਰ ਬਾਰ ਕਹਿਣਾ ਹੁੰਦਾ, ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਹੁੰਦੀ ਹੈ, ਬਸ ਇਹ ਵੀ ਨਾਲ ਖਾਸ ਗੱਲ ਯਾਦ ਰੱਖਿਓ, ਠੀਕ ਹੈ। ਚਲੋ ਫਿਰ ਪਾਰਟ 3 ਦੇ ਵਿੱਚ ਹੀ ਆਪਾਂ ਮਿਲਦੇ ਹਾਂ, ਬਹੁਤ ਹੀ ਜਲਦ ਮਿਲਦੇ ਹਾਂ ਬੱਚੋ, ਰੈਡੀ ਹੋ ਚੁੱਕੇ ਹੈ, ਠੀਕ ਹੈ ਨਾ। ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ, ਬਾਏ।